ਪੰਸਦਾ ਯੋਗ ਗੁਰੂ ਪਿਆਰੀ ਸਤਸੰਗ ਜੀਓ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਔਰ ਆਪ ਸਾਰਿਆਂ ਦਾ ਗੁਰੂ ਰਵਿਦਾਸ ਗੁਰੂ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਧੰਨਵਾਦ ਹੈ ਜਿਹੜੇ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਦੇਖਣ ਵਾਸਤੇ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੇ ਟੀਵੀ ਸੈੱਟ ਦੇ ਅੱਗੇ ਬੈਠੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਤਸੰਗਤ ਜੀ ਅੱਜ ਸਟੂਡੀਓ ਦੇ ਵਿੱਚ ਦਾਸ ਦੇ ਨਾਲ ਬੈਠੇ ਹਨ ਇੱਧਰੋਂ ਸੱਜੇ ਪਾਸੇ ਸਾਡੇ ਨਾਲ ਬੈਠੇ ਹਨ ਸਾਡੇ ਅਮਰਜੀਤ ਬੈਦੀ ਸਾਹਿਬ ਜੀ ਔਰ ਮੇਰੇ ਖੱਬੇ ਸੱਜੇ ਪਾਸੇ ਨਾਲ ਹੀ ਬੈਠੇ ਹਨ ਇੰਦਰਜੀਤ ਸੋਢੀ ਸਾਹਿਬ ਜੀ ਇੱਧਰ ਸਾਡੇ ਅੰਕਲ ਜੀ ਫਕੀਰ ਸਿੰਘ ਬੈਦੀ ਸਾਹਿਬ ਜੀ ਬੈਠੇ ਹਨ ਔਰ ਉਹਨਾਂ ਦੇ ਨਾਲ ਸਾਡੇ ਤਨੀ ਕੁਮਾਰ ਜੀ ਬੈਠੇ ਹਨ ਤੁਹਾਨੂੰ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੀ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਅੱਜ ਗੁਰੂ ਰਵਿਦਾਸ ਪ੍ਰੋਗਰਾਮ ਦੇ ਵਿੱਚ ਦਾਸਾਂ ਦੀ ਬੇਨਤੀ 'ਤੇ ਤੁਸੀਂ ਟਾਈਮ ਕੱਢਿਆ ਹੈ ਔਰ ਤੁਹਾਡਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਔਰ ਸਤਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਡੇਰਾ ਸਤਿਗੜ ਬੰਨਾ ਦੇ ਮਹਾਂਪੁਰਸ਼ ਸ਼੍ਰੀ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਯੂਕੇ ਦੀ ਧਰਤੀ 'ਤੇ ਆ ਗਏ ਹਨ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇਣ ਵਾਸਤੇ ਔਰ ਸਤਿਗੁਰੂ ਰਵਿਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਸਤੇ ਉਹ ਯੂਕੇ ਦੀਆਂ ਸੰਗਤਾਂ ਦੇ ਵਿਚਕਾਰ ਆ ਗਏ ਹਨ ਔਰ ਕੱਲ੍ਹ ਏਅਰਪੋਰਟ 'ਤੇ ਲੰਡਨ ਹੀਥਰੋ ਏਅਰਪੋਰਟ 'ਤੇ ਉਹਨਾਂ ਦਾ ਬਹੁਤ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਾ ਕੇ ਉਹਨਾਂ ਨੂੰ ਜੀ ਆ ਕਿਹਾ ਔਰ ਉਹਨਾਂ ਦਾ ਧੰਨਵਾਦ ਕੀਤਾ ਔਰ ਸੰਗਤਾਂ ਔਰ ਮਹਾਰਾਜ ਵੀ ਸਾਰੇ ਬੜੀ ਖੁਸ਼ੀ ਖੁਸ਼ੀ ਦੇ ਨਾਲ ਉੱਥੇ ਮਾਹੌਲ ਜਿਹੜਾ ਕਿ ਘੰਟਾ ਏਅਰਪੋਰਟ 'ਤੇ ਉਹ ਸਪੈਂਡ ਕੀਤਾ ਔਰ ਉਸ ਤੋਂ ਬਾਅਦ ਔਰ ਸੰਗਤਾਂ ਨੇ ਕਾਫੀ ਉੱਥੇ ਚਾਹ ਪਾਣੀ ਦਾ ਲੰਗਰ ਦਾ ਇੰਤਜ਼ਾਮ ਕੀਤਾ ਸੀ ਅਸੀਂ ਜਿਹਨਾਂ ਵੀ ਵੀਰਾਂ ਨੇ ਧੰਨਵਾਦ ਕੀਤਾ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਚੇਤੇ ਰਹੇ ਸਤਸੰਗਤ ਜੀ ਮਹਾਰਾਜ ਜੀ ਦਾ ਇੱਥੇ ਇੰਗਲੈਂਡ ਦੀ ਧਰਤੀ ਦੇ ਵਿੱਚ ਆਉਣ 'ਤੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਦੇ ਪ੍ਰਕਾਸ਼ ਦਿਹਾੜੇ ਮਨਾਉਣ ਦੀ ਖੁਸ਼ੀ ਵਿੱਚ ਸੰਤ ਰਾਮਾਨੰਦ ਮਹਾਰਾਜ ਦੀ ਬਰਸੀ ਦੇ ਸੰਬੰਧ ਵਿੱਚ ਸਾਰੀਆਂ ਸੰਗਤਾਂ ਨੇ ਵੱਖ ਵੱਖਰੇ ਟੋਨਾਂ ਦੇ ਵਿੱਚ ਪ੍ਰੋਗਰਾਮ ਉਲੀਕੇ ਹਨ ਔਰ ਸਭ ਤੋਂ ਪਹਿਲਾਂ ਸਾਊਥ ਹਾਲ ਦੇ ਵਿੱਚ ਰਵਿਦਾਸੀਆਂ ਸੰਗਤਾਂ ਨੇ ਸ਼੍ਰੀ ਗੁਰੂ ਰਵਿਦਾਸ ਪਾਵਨ ਅੰਮ੍ਰਿਤ ਬਾਣੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਦੇ ਵਿੱਚ ਪ੍ਰੋਗਰਾਮ ਰੱਖਿਆ ਹੈ ਔਰ ਇਸ ਪ੍ਰੋਗਰਾਮ ਨੂੰ ਸ਼੍ਰੀ 108 ਸੰਤ ਸਰਬੰਦਾ ਸਭਾ ਸਾਊਥ ਹਾਲ ਸ਼੍ਰੀ ਗੁਰੂ ਰਵਿਦਾਸ ਸੁਪਰੀਮ ਕੌਂਸਲ ਯੂਕੇ ਔਰ ਗੁਰੂ ਰਵਿਦਾਸ ਗੁਰੂ ਪ੍ਰੋਗਰਾਮ ਟੀਵੀ ਦੇ ਜਿੰਨੇ ਵੀ ਨੁਮਾਇੰਦੇ ਹਨ ਉਹਨਾਂ ਨੇ ਰਲ ਕੇ ਪ੍ਰੋਗਰਾਮ ਰੱਖਿਆ ਹੈ 9 ਅਗਸਤ ਨੂੰ ਇਹ ਪ੍ਰੋਗਰਾਮ SSP ਸਾਊਥ ਹਾਲ ਕਮਿਊਨਿਟੀ ਡਰੈਲ ਹਾਲ ਫੈਦਰਸਟੋਨ ਰੋਡ ਸਾਊਥ ਹਾਲ ਪੋਸਟਕੋਡ ਹੈ UB2 5AQ ਇਹ ਪ੍ਰੋਗਰਾਮ ਸ਼ਾਮ ਦੇ 5 ਵਜੇ ਸਟਾਰਟ ਹੋਵੇਗਾ ਔਰ 9 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ ਸਲੋਂਗ ਹੈਜ ਲੈਂਗਲੀ ਸਾਊਥ ਹਾਲ ਡੈਂਬਲੀ ਹੰਸਲੋ ਜਿੰਨੀਆਂ ਵੀ ਲਾਗੇ ਲਾਗੇ ਦੇ ਏਰੀਏ ਹਨ ਜਿੱਥੇ ਵੀ ਸਾਡੇ ਰਵਿਦਾਸੀਏ ਬੈਠੇ ਹਨ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਸ ਦਿਨ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਇੰਡੀਆ ਤੋਂ ਆਏ ਮਹਾਂਪੁਰਸ਼ਾਂ ਦੇ ਪ੍ਰਵਚਨ ਜ਼ਰੂਰ ਸੁਣਨੇ ਸਾਰਿਆਂ ਨੂੰ ਬੇਨਤੀ ਹੈ ਕਿ ਉਸ ਦਿਨ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਔਰ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਊਥ ਹਾਲ ਦੇ ਪ੍ਰੋਗਰਾਮ ਵਾਸਤੇ 07958 496 6 2 1 ਐਂਡ 07536 783 551 ਔਰ 07444 503 6 2 5 1 ਇਹਨਾਂ ਪ੍ਰਬੰਧਕਾਂ ਦੇ ਨਾਲ ਤੁਸੀਂ ਟੈਲੀਫੋਨ 'ਤੇ ਇਹਨਾਂ ਦੇ ਕੋਲੋਂ ਜੇ ਜ਼ਿਆਦਾ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਜੀ ਔਰ ਅਗਲਾ ਜੋ ਪ੍ਰੋਗਰਾਮ ਹੈ ਉਹ ਹੈ 8 ਤਰੀਕ ਸੈਟਰਡੇ
ਇਹ ਪ੍ਰੋਗਰਾਮ ਹੈਗਾ 10 ਤੋਂ ਲੈ ਕੇ 3 ਵਜੇ ਤੱਕ ਬੈਡਫੋਰਡ ਰੋਡ 104 ਬੈਡਫੋਰਡ ਰੋਡ ਕੈਂਪਸਟਨ ਪੋਸਟ ਕੋਡ ਹੈ MK42 8BG ਇਹਦਾ ਹਾਲ ਦਾ ਨਾਂ ਹੈ ਸੈਨੀਟਰੀ ਹਾਲ ਹੈ ਉੱਥੇ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ 103 ਬੈਡਫੋਰਡ ਰੋਡ 104 ਬੈਡਫੋਰਡ ਰੋਡ ਕੈਂਪਸਟਨ MK42 8BG ਸੈਂਟਰੀ ਹਾਲ ਔਰ ਉੱਥੇ ਜੋ ਸੇਵਾਦਾਰ ਹਨ ਸਾਡੇ ਦੇਸ਼ ਰਾਜ ਜੀ ਮਹਿਮੀ ਸਾਹਿਬ ਜੀ ਉਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਵਧੇਰੇ ਜਾਣਕਾਰੀ ਵਾਸਤੇ ਉਹਨਾਂ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਉਹਨਾਂ ਦਾ ਨੰਬਰ ਹੈ 7047460700 ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਔਰ ਜੋ ਅਗਲਾ ਸੇਮੀ ਡੇ ਸੈਟਰਡੇ ਪ੍ਰੋਗਰਾਮ ਹੈ ਉਹ ਹੈ ਈਸਟ ਕੋਟ ਸਾਡੇ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਮਿਸਟਰ ਗੁਰਦਿਆਲ ਬਾਘਾ ਜੀ ਉਹਨਾਂ ਦਾ ਟੈਲੀਫੋਨ ਨੰਬਰ ਹੈਗਾ 07964649973 ਔਰ ਉਹਨਾਂ ਦਾ ਜੋ ਹਾਲ ਹੈ ਜਿਹੜਾ ਪ੍ਰੋਗਰਾਮ ਹੈ ਉਹ ਹੈ ਸਾਲਮ ਸੈਂਟਰ 395 ਹਾਈ ਸਟਰੀਟ ਨੋਰਥ ਮੈਨਿਊਰ ਪਾਰਕ ਲੰਡਨ ਪੋਸਟ ਕੋਡ ਹੈ E12 6PG ਔਰ ਵਧੇਰੇ ਜਾਣਕਾਰੀ ਦੇ ਵਾਸਤੇ ਤੁਸੀਂ ਮਿਸਟਰ ਬਾਘਾ ਜੀ ਗੁਰਦਿਆਲ ਬਾਘਾ ਜੀ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਹੈ ਇੱਕ ਵਾਰੀ ਫਿਰ ਕਿਉਂਕਿ ਉਹਨਾਂ ਦੀ ਜਿਹੜੀ ਪ੍ਰੋਗਰਾਮ ਹੈ ਉਹ ਈਵਨਿੰਗ ਨੂੰ ਹੈ ਪਰ ਸਾਨੂੰ ਉਹਦਾ ਟਾਈਮਿੰਗ ਦਾ ਨਹੀਂ ਪਤਾ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਟੈਲੀਫੋਨ 'ਤੇ ਗੱਲ ਕਰ ਸਕਦੇ ਨੰਬਰ ਹੈਗਾ 07964649973 ਸਤਿ ਸੰਗਤ ਜੀ ਇਸੇ ਤਰ੍ਹਾਂ ਪ੍ਰੋਗਰਾਮ ਬਰਮਿੰਗਮ ਬੁਲਹੈਂਪਟਨ ਦੇ ਵਿੱਚ ਵੀ ਕਾਫੀ ਪ੍ਰੋਗਰਾਮ ਰੱਖੇ ਗਏ ਹਨ ਔਰ ਮਹਾਰਾਜ ਜੀ 3-4 ਵੀਕਾਂ ਹਨ ਇੰਗਲੈਂਡ ਦੇ ਵਿੱਚ ਔਰ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੀਏ ਔਰ ਵੱਧ ਤੋਂ ਵੱਧ ਸਤਿਗੁਰੂ ਰਵਿਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਦਾ ਜੋ ਪ੍ਰਚਾਰ ਜੋ ਪ੍ਰਸਾਰ ਉਹ ਕਰ ਰਹੇ ਹਨ ਵਿਦੇਸ਼ਾਂ ਵਿੱਚ ਭਾਰਤ ਦੀ ਧਰਤੀ 'ਤੇ ਜ਼ਰੂਰ ਸਾਨੂੰ ਲਾਹਾ ਲੈਣਾ ਚਾਹੀਦਾ ਹੈ ਸੋ ਸਤਸੰਗ ਜੀ ਆਓ ਕਿਉਂਕਿ ਰਵਿਦਾਸੀਆ ਧਰਮ ਜਿਹੜਾ ਅੱਜ ਤੱਕ ਜਿੱਥੇ ਤੱਕ ਪਹੁੰਚਿਆ ਹੈ ਇਹਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਹੁਤ ਵੱਡੀ ਭੂਮਿਕਾ ਹੈ ਉਹਨਾਂ ਨੇ 151 ਸਾਲ ਸਾਡੀ ਕਮਿਊਨਿਟੀ ਦੇ ਲਈ ਉਹਨਾਂ ਨੇ ਜੱਦੋਜਹਿਦ ਕੀਤੀ ਔਰ ਸਾਨੂੰ ਜਿਹੜੇ ਧਰਤੀ ਦੇ ਥੱਲੇ ਵਿਛੇ ਹੋਏ ਸੀ ਉਹਨਾਂ ਨੂੰ ਉੱਪਰ ਲਿਆਂਦਾ ਔਰ ਉਸ ਤੋਂ ਬਾਅਦ ਬਾਬਾ ਸਾਹਿਬ ਜੀ ਨੇ ਸਾਡੇ ਲਈ ਬੜਾ ਸਟਰਗਲ ਕੀਤਾ ਔਰ ਉਸ ਤੋਂ ਬਾਅਦ ਡੇਰਾ ਸਚਖੰਡ ਬਣਨ ਦੇ ਮਹਾਂਪੁਰਸ਼ ਜਿਹੜੇ ਸਨ ਉਹਨਾਂ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜੋ ਮਿਸ਼ਨ ਸੀਗਾ ਉਹ ਘਰ ਘਰ ਇਕੱਲੇ ਇਕੱਲੇ ਕੰਟਰੀ ਵਿੱਚ ਇਕੱਲੇ ਇਕੱਲੇ ਘਰ ਵਿੱਚ ਉਹਨਾਂ ਨੇ ਪਹੁੰਚਾਇਆ ਔਰ ਆਪ ਜਾ ਕੇ ਸੰਗਤਾਂ ਨੂੰ ਮਿਲੇ ਔਰ ਜਿਸ ਤਰ੍ਹਾਂ ਅੱਜ ਯੂਕੇ ਦੀ ਧਰਤੀ 'ਤੇ ਉਹ ਆਏ ਹਨ ਔਰ ਅਸੀਂ ਗੱਲ ਕਰਾਂਗੇ ਸਾਡੇ ਨਾਲ ਸਾਡੇ ਅੰਕਲ ਰਫਕੀਰ ਸਿੰਘ ਬਿਰਦੀ ਸਾਹਿਬ ਜੀ ਅੰਕਲ ਜੀ ਪਹਿਲਾਂ ਤਾਂ ਤੁਹਾਨੂੰ ਜੈਗਦੇਵ ਤਨਗਦੇਵ ਜੀ ਤੁਹਾਡਾ ਬਹੁਤ ਧੰਨਵਾਦ ਹੈ ਔਰ ਤੁਸੀਂ ਖੁਦ ਵੀ ਬੰਨਾਂ ਤੋਂ ਹੋ ਔਰ ਤੁਸੀਂ ਕਾਫੀ ਚਿਰ ਡੇਰੇ ਦੇ ਨਾਲ ਜੁੜੇ ਹੋਏ ਹੋ ਤੁਸੀਂ ਕੀ ਸਾਨੂੰ ਕਿਉਂਕਿ ਸਾਨੂੰ ਇਹਦੇ ਬਾਰੇ ਇੰਨਾ ਨੌਲੇਜ ਨਹੀਂ ਕਿਉਂਕਿ ਤੁਹਾਨੂੰ ਜ਼ਿਆਦਾ ਨੌਲੇਜ ਹੈ ਕਿਉਂਕਿ ਤੁਹਾਡੀ ਏਜ ਵੀ ਰੱਬ ਕਰੇ 95 ਤੋਂ ਉੱਪਰ ਹੋ ਗਈ ਹੈ ਔਰ ਤੁਹਾਨੂੰ ਕਾਫੀ ਇਹਦੀ ਮੁੱਢਲੀ ਜਾਣਕਾਰੀ ਹੈ ਤੁਸੀਂ ਕੀ ਦੱਸੋਗੇ ਸਾਨੂੰ ਜਿਹੜੀ ਇਹ ਡੇਰਾ ਹੈ ਇਹਦੀ ਸਟਾਰਟਿੰਗ ਕਿਸ ਤਰ੍ਹਾਂ ਹੋਈ ਮੇਰੀ ਵੱਲੋਂ ਸਭ ਪਹਿਲੇ ਤਾਂ ਸਾਰੀ ਸੰਗਤ ਨੂੰ ਸਾਰੀ ਜਨਤਾ ਨੂੰ ਮੈਂ ਨਮਸਕਾਰ ਕਰਦਾ ਔਰ ਜੈਗਰਦੇਵ ਧੰਨਵਾਦ ਜੀ ਦੂਸਰੀ ਗੱਲ ਇਹ ਹੈ ਕਿ ਮੈਂ ਕੋਈ 5 ਸਾਲ ਦਾ ਸੀ ਜਦੋਂ ਮੈਨੂੰ ਸੁਰਤ ਹੈ ਕਿ ਮੈਂ ਇਸ ਡੇਰੇ ਦੇ ਨਾਲ ਅਟੈਚ ਹੈ ਅੱਛਾ ਇਸ ਡੇਰੇ ਦੀ ਜੋ ਮਰਜ਼ਾਦਾ ਹੈ ਉਹ ਸੰਤ ਮਤ ਹੈ ਅਤੇ ਬੜੇ ਮਹਾਰਾਜ ਜੀ ਜਿਹੜੇ ਬਾਬਾ ਸਰਵਨਦਾਸ ਜੀ ਸੀ ਉਹਨਾਂ ਦੇ ਫਾਦਰ ਸਾਹਿਬ ਸੀ ਬਾਬੇ ਪਿੱਪਲ ਦਾਸ ਜੀ ਉਹ ਆਪਣੇ ਉਹ ਤਾਂ ਜਿੱਦਾਂ ਸਾਰੀ ਦੁਨੀਆ ਜਾਣਦੀ ਹੈ ਕਿ ਉਹ ਬਠਿੰਡੇ ਤੋਂ ਰਹਿਣ ਵਾਲੇ ਸੀ ਔਰ ਫਿਰ ਸਾਡੇ ਪਿੰਡ ਆ ਕੇ ਠਹਿਰੇ ਸਾਡੇ ਪਿੰਡ ਉਹਨਾਂ ਨੇ ਜੋ ਬੰਦਗੀ ਕੀਤੀ ਆ ਉਹਦਾ ਪ੍ਰਭਾਵ ਜਿਹੜਾ ਉਹ ਅੱਜ ਸਾਰੀ ਦੁਨੀਆ ਜਾਣਦੀ ਆ ਉਹਨਾਂ ਦੇ ਪ੍ਰਭਾਵ ਦੀ ਵਜ੍ਹਾ ਦੇ ਨਾਲ ਹੀ ਜਿਹੜੀ ਹੈ ਇਹ ਸਾਰੀ ਅੰਮ੍ਰਿਤ ਬਾਣੀ ਮੰਦਰ ਜੋ ਕੁਛ ਵੀ ਹੋ ਰਿਹਾ ਸਭ ਉਹਨਾਂ ਦੀ ਬੰਦਗੀ ਦਾ ਮਿਹਰਬਾਨੀ ਹੈ ਉਹਨਾਂ ਦਾ ਪ੍ਰਭਾਵ ਹੈ ਬਾਕੀ ਇਹ ਵੀ ਉਹਨਾਂ ਨੇ ਜੋ ਸਾਡੀ ਕਮਿਊਨਿਟੀ ਵਾਸਤੇ ਤਾਂ ਕਰਨਾ ਹੀ ਸੀ ਲੇਕਿਨ ਉਹਨਾਂ ਨੇ ਸਾਰੀ ਕਮਿਊਨਿਟੀ ਵਾਸਤੇ ਹੀ ਜੋ ਕੁਛ ਕੀਤਾ ਉਹ ਬਹੁਤ ਸ਼ਲਾਘਾਯੋਗ ਹੈ
ਖਾਸ ਕਰਕੇ ਜਿਹੜੀ ਅਸੀਂ ਲੋਕ ਹੈ ਅਸੀਂ ਸਾਡੇ ਅਸੀਂ ਬਹੁਤ ਦੱਬੇ ਕੁਚਲੇ ਬੰਦੇ ਸੀਗੇ ਲੇਕਿਨ ਸਾਡੇ ਵਿੱਚ ਜਿਹੜਾ ਉਹਨਾਂ ਨੇ ਸਭ ਤੋਂ ਵੱਡੀ ਸਪਿਰਿਟ ਭਰੀ ਆ ਉਹ ਐਜੂਕੇਸ਼ਨ ਦੀ ਭਰੀ ਹੈ ਉਹਨਾਂ ਨੇ ਜਿਹੜਾ ਸਾਨੂੰ ਐਜੂਕੇਸ਼ਨ ਵਾਸਤੇ ਪ੍ਰੇਰਨਾ ਕੀਤੀ ਬਹੁਤ ਜਿਹੜਾ ਕਿ ਸਾਨੂੰ ਅੱਜ ਤੱਕ ਅਸੀਂ ਬੜੇ ਉਸ ਨਾਲ ਹੈਪੀ ਹਾਂ ਉਹ ਸਾਨੂੰ ਮਤਲਬ ਉਦੋਂ ਇਹ ਸੀਗਾ ਕਿ ਕੋਈ ਸਾਧਨ ਨਹੀਂ ਹੁੰਦਾ ਸੀ ਅਸੀਂ ਥੱਲੇ ਸਵਾਹ ਖਿਲਾਰ ਲੈਣੀ ਸਵਾਹ ਖਿਲਾਰ ਕੇ ਉਂਗਲੀ ਦੇ ਨਾਲ ਅਸੀਂ ਊੜਾ ਐੜਾ ਏੜੀ ਸੱਸਾ ਅਸੀਂ ਉਹ ਭਰਨਾ ਉੱਥੋਂ ਅਸੀਂ ਸਟਾਰਟ ਕੀਤਾ ਅਸੀਂ ਫਿਰ ਜਿਸ ਇੱਥੇ ਸਟਾਰਟ ਕੀਤਾ ਤਾਂ ਫਿਰ ਉਹਨਾਂ ਮਹਾਂਪੁਰਸ਼ਾਂ ਨੇ ਸਾਨੂੰ ਕਿਹਾ ਵੀ ਤੁਸੀਂ ਹੋਰ ਹਾਇਰ ਐਜੂਕੇਸ਼ਨ ਵਾਸਤੇ ਵੀ ਕੁਛ ਕੋਸ਼ਿਸ਼ ਕਰੋ ਲੇਕਿਨ ਉਹਨਾਂ ਦੀ ਕਿਰਪਾ ਦੇ ਨਾਲ ਉਹਨਾਂ ਦੀ ਮਿਹਰਬਾਨੀ ਦੇ ਨਾਲ ਸੰਤ ਹਰੀਦਾਸ ਜੀ ਸਾਨੂੰ ਸਾਡੇ ਪਿੰਡ ਦੇ ਸਕੂਲੇ ਛੱਡ ਕੇ ਆਏ 13 ਮੁੰਡਿਆਂ ਨੂੰ ਜਿਹੜਾ ਕਿ ਸਾਡਾ ਪਿੰਡ ਜਿਹੜਾ ਸੀ ਉਹਦੇ ਵਿੱਚ ਇੱਕ ਲੋਅਰ ਮਿਡਲ ਸਕੂਲ ਸੀਗਾ ਜਿਹੜਾ ਕਿ 6ਵੀਂ ਤੱਕ ਸੀਗਾ ਉਸ ਸਕੂਲ ਦੇ ਵਿੱਚ ਸਾਨੂੰ 13 ਮੁੰਡਿਆਂ ਨੂੰ ਸੰਤ ਹਰੀਦਾਸ ਜੀ ਦਾਖਲ ਕਰਾ ਕੇ ਆਏ ਸਾਰੀਆਂ ਲੜਕੇ ਹੀ ਲੜਕੀਆਂ ਲੜਕੀਆਂ ਵਾਸਤੇ ਤਾਂ ਐਜੂਕੇਸ਼ਨ ਸੀਗੀ ਨਹੀਂ ਸੀ ਉਸ ਟਾਈਮ 'ਚ ਅਤੇ ਇਸ ਕਰਕੇ ਲੜਕੇ ਜਿਹੜੇ ਸੀ ਅਸੀਂ ਜਿਹੜੇ ਅਸੀਂ ਰਵਿਦਾਸੀਏ ਸੀ ਸਾਡੇ ਵਾਸਤੇ ਉਹ ਸਕੂਲ ਪਹਿਲੀ ਦਫ਼ਾ ਉਹ ਅਸੀਂ ਉੱਥੇ ਐਂਟਰ ਹੋਏ ਲੇਕਿਨ ਇੱਕ ਗੱਲ ਇਹ ਹੈ ਕਿ ਛੂਤਛਾਤ ਬਹੁਤ ਹੋਣ ਦੇ ਨਾਤੇ ਅਸੀਂ 13 ਹੀ ਮੁੰਡੇ ਜਿਹੜੇ ਸੀ ਅਸੀਂ ਇੱਕ ਸਾਲ ਵਾਸਤੇ ਅਸੀਂ ਦੂਸਰੇ ਕਲਾਸ ਦੇ ਬੰਦਿਆਂ ਦੇ ਮੁੰਡਿਆਂ ਦੇ ਵਿੱਚ ਨਹੀਂ ਸੀ ਬੈਠ ਸਕਦੇ ਅਸੀਂ ਆਪਣੇ ਘਰੋਂ ਬੋਰੀਆਂ ਵਗੈਰਾ ਲਿਜਾ ਕੇ ਅਸੀਂ ਸਾਰਿਆਂ ਦੇ ਪਿੱਛੇ ਬੈਠ ਕੇ ਅਸੀਂ ਪੜ੍ਹਦੇ ਹੁੰਦੇ ਸੀ ਉਹ ਮਹਾਂਪੁਰਸ਼ਾਂ ਦੀ ਮਿਹਰਬਾਨੀ ਦੇ ਨਾਲ ਅਸੀਂ ਕਿਉਂਕਿ ਪੰਜਾਬੀ ਪੜ੍ਹਦੇ ਸੀਗੇ ਅਸੀਂ ਪੜ੍ਹਨ ਨੂੰ ਉਹਨਾਂ ਲੜਕਿਆਂ ਨਾਲੋਂ ਥੋੜ੍ਹੇ ਜਿਹੇ ਬੈਟਰ ਸੀਗੇ ਫਿਰ ਉਹਨਾਂ ਨੇ ਸਾਨੂੰ ਸਾਡੇ 'ਤੇ ਬੜੀ ਮਿਹਰਬਾਨੀ ਕੀਤੀ ਉਹਨਾਂ ਨੇ ਸਾਨੂੰ ਇੱਕ ਤੱਪੜ ਦੇ ਦਿੱਤਾ ਕਿ ਤੁਸੀਂ ਘਰੋਂ ਬੋਰੀਆਂ ਨਾਲ ਲਿਆਇਆ ਕਰੋ ਤੱਪੜ 'ਤੇ ਬੈਠ ਕੇ ਤੁਸੀਂ ਪੜ੍ਹਿਆ ਕਰੋ ਅਸੀਂ ਫਿਰ ਤੱਪੜ 'ਤੇ ਬੈਠਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਚੱਲਦਾ ਰਿਹਾ ਮਹਾਂਪੁਰਸ਼ਾਂ ਦੀ ਕਿਰਪਾ ਹੋਈ ਸਾਡੇ 'ਤੇ ਉਹਨਾਂ ਦਾ ਬੜੀ ਆਸ਼ੀਰਵਾਦ ਸੀ ਉਸ ਤੋਂ ਬਾਅਦ ਅਸੀਂ ਹੁਣ 13 ਮੁੰਡਿਆਂ ਦੇ ਵਿੱਚੋਂ ਅਸੀਂ ਸਿਰਫ ਪਿੰਡ ਦੇ 3 ਮੁੰਡੇ ਜਿਹੜੇ ਸੀ ਉਹ ਕੁਆਲੀਫਾਈ ਕਰਕੇ ਸਰਵ ਸਜਾ ਕੇ ਅਸੀਂ ਮਤਲਬ ਹੁਣ ਸਾਰੇ ਰਿਟਾਇਰ ਹੋਏ ਹਾਂ ਉਸ ਐਜੂਕੇਸ਼ਨ ਦਾ ਪ੍ਰਭਾਵ ਮੈਂ ਪਬਲਿਕ ਨੂੰ ਇਹ ਦੱਸਣਾ ਚਾਹੁੰਦਾ ਕਿ ਉਸ ਐਜੂਕੇਸ਼ਨ ਦਾ ਜਿਹੜਾ ਬੀਜ ਉਹਨਾਂ ਮਹਾਂਪੁਰਸ਼ਾਂ ਨੇ ਬੀਜਿਆ ਸੀਗਾ ਸਾਡੇ ਜ਼ਰੀਏ ਉਸਦਾ ਰਿਜ਼ਲਟ ਇਹ ਹੈ ਕਿ ਇਸ ਵੇਲੇ ਸਾਡੇ ਪਿੰਡ ਰਾਪਰ ਬੱਲਾਂ ਦੇ ਵਿੱਚ 5 ਮੁੰਡੇ ਸਾਡੇ IAS IPS ਹੈ ਸਾਡੇ ਗਰੁੱਪ ਚੋਂ ਨਹੀਂ ਸਭ ਤੋਂ ਬਾਅਦ ਦੇ ਅਸੀਂ ਤਾਂ 3 ਮੁੰਡੇ ਜਿਹੜੇ ਸੀ 13 ਚੋਂ ਨਿਕਲੇ ਹਾਂ 13 ਅਸੀਂ ਤੁਹਾਨੂੰ ਸਰਵਿਸ ਤੋਂ ਬੜੀ ਹਾਈ ਪੋਸਟਾਂ 'ਤੇ ਰਿਟਾਇਰ ਹੋਏ ਮੈਂ ਫੋਰਮ ਮਿਨਿਸਟਰੀ 'ਚੋਂ ਰਿਟਾਇਰ ਹੋਇਆ ਬਾਕੀ ਦੂਸਰੇ ਬੰਦੇ ਜਿਹੜੇ ਸੀ ਦੂਸਰੇ ਮਿਨਿਸਟਰੀ 'ਚੋਂ ਰਿਟਾਇਰ ਹੋਏ ਅਤੇ ਉਹਦਾ ਜਿਹੜਾ ਫਿਰ ਐਜੂਕੇਸ਼ਨ ਦਾ ਪ੍ਰਭਾਵ ਉਹਨਾਂ ਨੇ ਸਟਾਰਟ ਕੀਤਾ ਸੀ ਜਿਹੜਾ ਕਿ ਸਭ ਤੋਂ ਸ਼ੁਰੂ ਹੋਇਆ ਉਸ ਰਿਜ਼ਲਟ ਦੇ ਵਿੱਚ 5 ਬੰਦੇ ਸਾਡੇ ਪਿੰਡ ਸਾਡੇ ਕਮਿਊਨਿਟੀ ਦੇ ਜਿਹੜੇ ਅਸੀਂ ਦੋਨਾਂ ਪਿੰਡਾਂ ਦੇ IAS IPS ਰਿਟਾਇਰ ਹੋਏ ਆ ਹਾਂ ਮੈਨੂੰ ਜ਼ਿਆਦਾ ਨਹੀਂ ਸਾਰੇ ਆਲਮੋਸਟ ਸਾਰੇ ਮਿਲਦੀ ਹੈ ਇੱਕ ਮੁੰਡਾ ਜਿਹੜਾ ਹੈ ਉਹ ਹੈ ਮਲਕੀਤ ਆਪਣੀ ਕਮਿਊਨਿਟੀ ਦੇ ਪੰਜੇ ਮੁੰਡੇ ਸਾਡੀ ਕਮਿਊਨਿਟੀ ਦੇ ਆ ਲੇਕਿਨ ਹੁਣ ਆਮ ਜਿਹੜੀਆਂ ਸਾਡੀਆਂ ਲੜਕੀਆਂ ਸਾਡੀਆਂ ਭੈਣਾਂ ਜਾਂ ਸਾਡੀਆਂ ਲੜਕੀਆਂ ਮੇਰੀਆਂ ਤਾਂ ਪੋਤੀਆਂ ਪੋਤੇ ਹੋਣਗੇ ਹੋਣਗੇ ਉਹ ਜਿਹੜੇ ਬੱਚੇ ਹੈ ਉਹ ਅੱਜ ਕੱਲ੍ਹ ਹੁਣ ਆਮ ਲੜਕੀਆਂ ਜਿਹੜੇ ਸਾਡੇ ਪਿੰਡਾਂ ਦੀਆਂ ਉਹ ਮੋਸਟਲੀ ਗ੍ਰੈਜੂਏਟ ਹੈ ਉਸ ਤੋਂ ਜ਼ਿਆਦਾ ਵੀ ਹੈ ਲੇਕਿਨ ਸਰਵਿਸਿਜ਼ ਦੇ ਵਿੱਚ ਹੈ ਅੱਛੀਆਂ ਪੋਸਟਾਂ ਦੇ ਹੈ ਮੈਡੀਕਲ 'ਚ ਵੀ ਜਾਂਦੀਆਂ ਹੈ ਬੈਰਿਸਟਰ ਵੀ ਹੈ ਅਤੇ ਉਸ ਜਿਹੜਾ ਉਹਨਾਂ ਨੇ ਬੂਟਾ ਲਾਇਆ ਸੀ ਐਜੂਕੇਸ਼ਨ ਦਾ ਉਹ ਬਹੁਤ ਪ੍ਰਬਲਿਤ ਹੈ ਬਹੁਤ ਫੈਲਿਆ ਹੈ ਉਸ ਦੇ ਵਿੱਚ ਅਸੀਂ ਲੋਕਾਂ ਨੂੰ ਸਾਨੂੰ ਬਹੁਤ ਮਤਲਬ ਫਾਇਦਾ ਹੋਇਆ ਹੁਣ ਜਿਹੜਾ ਉਸ ਤੋਂ ਬਾਅਦ ਉਹਨਾਂ ਨੇ ਫਿਰ ਕਮਿਊਨਿਟੀ ਵਾਸਤੇ ਹੋਰ ਪ੍ਰੋਗਰਾਮ ਕਾਫੀ ਉਲੀਕੇ ਜਿਹੜਾ ਉਹਨਾਂ ਨੂੰ ਪਤਾ ਲੱਗਾ ਵੀ ਹੁਣ ਬੰਦੇ ਜਿਹੜੇ ਆ ਪੜ੍ਹ ਲਏ ਗਏ ਇਹਨਾਂ ਨੂੰ ਥੋੜ੍ਹੀ ਨੌਲੇਜ ਹੋ ਗਈ ਹੈ ਫਿਰ ਉਹਨਾਂ ਨੇ ਜਿਹੜਾ ਆਪਣਾ ਮੰਦਰ ਬਣਿਆ ਹੈ ਉਹਦੇ ਵਾਸਤੇ ਅਸੀਂ ਲੋਕ ਸਰਵਿਸ ਚਲੇ ਗਏ ਮੈਂ ਦਿੱਲੀ ਚਲਾ ਗਿਆ ਮੇਰੇ ਨਾਲ ਦੇ ਬੰਦੇ ਵੀ ਦਿੱਲੀ ਚਲੇ ਗਏ ਔਰ ਅਸੀਂ ਉਹਨੇ ਫਿਰ ਸਾਨੂੰ ਇਹ ਕਿਹਾ ਵੀ ਤੁਹਾਨੂੰ ਕੋਈ ਜਿਸਲਾ ਦਿੱਲੀ ਅਸੀਂ ਉਹਨਾਂ ਨੂੰ ਬੁਲਾਇਆ ਫੰਕਸ਼ਨ ਵਾਸਤੇ ਤਾਂ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਤੁਹਾਨੂੰ ਹੁਣ ਕੋਈ ਮੰਦਰ ਵੀ ਸਾਡਾ ਹੋਣਾ ਚਾਹੀਦਾ ਲੇਕਿਨ ਸਾਡੇ ਮਨ 'ਚ ਫਿਰ ਉਹ ਚੀਜ਼ ਆਈ ਕਿ ਜਦ ਇਹਨਾਂ ਨੇ ਮਤਲਬ ਹੁਕਮ ਕੀਤਾ ਤਾਂ ਹੋ ਜਾਣਾ ਚਾਹੀਦਾ ਫਿਰ ਅਸੀਂ ਸਟਾਰਟ ਕਰਨਾ ਸ਼ੁਰੂ ਕਰਤਾ ਫਿਰ ਮੰਦਰ ਦੀ ਜਗ੍ਹਾ ਜਿਹੜੀ ਸੀ ਸਾਡੇ ਨਾਲ ਇੱਕ ਬੰਤਾ ਰਾਮ ਕੈੜਾ ਜੀ ਸੀਗੇ ਉਹ ਰੇਲਵੇ ਬੋਰਡ ਸੀਗੇ ਅਸੀਂ ਉਹਨਾਂ ਦੀ ਡਿਊਟੀ ਲਾਈ ਕਿ ਤੁਸੀਂ ਬਨਾਰਸ ਜਾਓ ਇੰਡੀਆ ਸੀ ਅਤੇ ਮੇਰੇ ਬਾਹਰ ਜਾਣ ਤੋਂ ਪਹਿਲੀ ਗੱਲ ਇਹੋ ਉਹ ਫਿਰ ਸਾਰੀ ਰਿਸਰਚ ਹੋਣੀ ਸ਼ੁਰੂ ਹੋ ਗਈ
ਤੇ ਫਿਰ ਮਤਲਬ ਕਿਉਂਕਿ ਸਾਡੇ ਵਾਸਤੇ ਉਹ ਨਵੀਂ ਚੀਜ਼ ਸੀਗੀ ਕਿਉਂਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਕਿੱਥੇ ਯੂਪੀ ਜਾ ਕੇ ਮਤਲਬ ਜਿਹੜਾ ਕਿ ਸਾਡੇ ਵਾਸਤੇ ਬਿਲਕੁਲ ਨਵੀਂ ਚੀਜ਼ ਸੀ ਉਹਦਾ ਫਿਰ ਸਾਨੂੰ ਥੋੜ੍ਹਾ ਜਿਹਾ ਜ਼ਿਆਦਾ ਸਰਚ ਕਰਨੀ ਪਈ। ਖੈਰ ਜਗ੍ਹਾ ਬਣ ਗਈ, ਜਗ੍ਹਾ ਅਸੀਂ ਉਹ ਮਹਾਰਾਜ ਕੋਈ ਪ੍ਰੋਬਲਮ ਹੋਈ ਜਦੋਂ ਤੁਸੀਂ ਲੈਂਡ ਉੱਥੇ ਦੇ ਜਦੋਂ ਦੇਖਿਆ ਜਾ ਕੇ ਮੈਂ ਉਹਨਾਂ ਨੇ ਮਹਾਰਾਜ ਨੇ ਡਿਊਟੀ ਲਾਈ ਜਦੋਂ ਸਾਰਿਆਂ ਦੀ ਮੈਂ ਉੱਥੇ ਜਾ ਕੇ ਸਰਚ ਕੀਤੀ ਗੁਰੂ ਰਵਿਦਾਸ ਜੀ ਜਿੱਥੇ ਉਹਨਾਂ ਦੀ ਰਿਹਾਇਸ਼ ਸੀਗੀ ਸਾਨੂੰ ਪਤਾ ਲੱਗਾ ਕਿ ਇੱਥੇ ਸੀ, ਲੇਕਿਨ ਅਸੀਂ ਉਸ ਜਗ੍ਹਾ ਨੂੰ ਆਪਣੇ ਕਬਜ਼ੇ 'ਚ ਕਰ ਲਿਆ, ਕੰਟਰੋਲ ਕੀਤਾ, ਉਸ ਜਗ੍ਹਾ ਬਾਈ ਕਰ ਲਈ। ਬਾਈ ਕਰਨ ਤੋਂ ਬਾਅਦ ਅਸੀਂ ਫਿਰ ਉਸ ਜਗ੍ਹਾ ਦਾ ਜਿਹੜੇ ਉਸ ਬੰਦੇ ਰਹਿ ਰਹੇ ਸੀ ਉਹਨਾਂ ਨੂੰ ਮਕਾਨ ਬਣਾ ਕੇ ਦਿੱਤਾ ਤੇ ਉਹ ਜਗ੍ਹਾ ਅਸੀਂ ਉਹਨਾਂ ਤੋਂ ਬਾਈ ਕਰਕੇ ਉੱਥੇ ਫਿਰ ਅਸੀਂ ਮੰਦਰ ਬਣਾਉਣਾ ਸ਼ੁਰੂ ਕੀਤਾ। ਐਗਰੀ ਹੋ ਗਿਆ ਔਰ ਉਹਨਾਂ ਨੇ ਅਸੀਂ ਕੰਡੀਸ਼ਨ ਰੱਖੀ ਸੀ ਕਿ ਜਿਹੜਾ ਤੁਹਾਨੂੰ ਮਕਾਨ ਬਣਾ ਕੇ ਦਿੱਤਾ ਜਿੰਨਾ ਚਿਰ ਤੁਸੀਂ ਜੀਂਦੇ ਉਨਾ ਚਿਰ ਤੁਸੀਂ ਰਹਿ ਸਕਦੇ ਹੋ, ਉਸ ਤੋਂ ਬਾਅਦ ਅਸੀਂ ਫਿਰ ਤੁਹਾਤੋਂ ਲੈਣਾ। ਉਹ ਐਗਜੈਕਟਲੀ ਉਹ ਹੀ ਹੋਇਆ। ਜਦ ਉਹਨਾਂ ਦੀ ਡੈਥ ਹੋ ਗਈ ਮੀਆਂ ਬੀਬੀ ਦੀ ਤਾਂ ਫਿਰ ਉਹ ਜਿਹੜੇ ਜਗ੍ਹਾ ਹੁਣ ਸਾਡੇ ਕੋਲ ਹੈ ਉੱਥੇ ਅਸੀਂ ਦਫ਼ਤਰ ਬਣਾਇਆ। ਜਿਸ ਤਰ੍ਹਾਂ ਅਸੀਂ ਹਾਂ ਬਿਲਕੁਲ ਨਾਲ ਹੈ, ਜਿਸ ਤਰ੍ਹਾਂ ਉਹ ਮੰਦਰ ਬਣਨਾ ਸ਼ੁਰੂ ਹੋਇਆ ਉਸ ਵਕਤ ਮੈਂ ਉੱਥੇ ਨਹੀਂ ਸੀਗਾ, ਮੈਂ ਮੇਰੀ ਪੋਸਟਿੰਗ ਕਾਬਲ ਹੋ ਗਈ ਸੀ, ਮੈਂ ਅਫਗਾਨਿਸਤਾਨ ਚਲਾ ਗਿਆ ਅਤੇ ਉਹ ਤੋਂ ਬਾਅਦ ਸੰਤ ਹਰੀਦਾਸ ਜੀ ਨੇ ਫਿਰ ਉਹਦਾ ਨੀਂਹ ਪੱਥਰ ਰੱਖਿਆ। ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਫਿਰ ਉਹ ਜਦੋਂ ਚੀਜ਼ ਸ਼ੁਰੂ ਹੋਈ ਅਤੇ ਫਿਰ ਉੱਥੇ ਜਿਹੜੇ ਫਨੈਟਿਕ ਲੋਕ ਸੀਗੇ, ਮੈਂ ਉਹਨਾਂ ਨੂੰ ਫਨੈਟਿਕ ਹੀ ਕਹਾਂਗਾ, ਹੁਣ ਮੈਂ ਇਹ ਨਹੀਂ ਕਹਾਂਗਾ ਵੀ ਕਿਹੜੀ ਕਮਿਊਨਿਟੀ ਦੇ ਸੀ, ਉਹਨਾਂ ਨੇ ਦੇਖਿਆ ਵੀ ਚਮਾਰਾ ਦਾ ਮੰਦਰ ਬਣਨ ਲੱਗਾ, ਇਹੋ ਜਿਹੜਾ ਹੈ ਇਹ ਅਸੀਂ ਇੱਥੇ ਨਹੀਂ ਬਣ ਦੇਣਾ ਚਾਹੀਦਾ, ਇਹਨਾਂ ਨੂੰ ਇੱਥੇ ਜਗ੍ਹਾ। ਉਹਨਾਂ ਨੇ ਸਾਨੂੰ ਥੋੜ੍ਹਾ ਟ੍ਰਬਲ ਕੀਤੀ, ਲੇਕਿਨ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸਤਸੰਗ ਬ੍ਰੇਕ ਤੋਂ ਬਾਅਦ ਆਪਦਾ ਗੁਰੂ ਰਵਿਦਾਸ ਗੁਰੂ ਪ੍ਰੋਗਰਾਮ ਦੇ ਵਿੱਚ ਫਿਰ ਸਵਾਗਤ ਹੈ। ਅੱਜ ਅਸੀਂ ਸਟੂਡੀਓ ਦੇ ਵਿੱਚ ਗੱਲਾਂ ਬਾਤਾਂ ਕਰ ਰਹੇ ਹਾਂ, ਜਿਹੜੀ ਡੇਰਾ ਬੱਲਾਂ ਦੀ ਹਿਸਟਰੀ ਹੈ ਔਰ ਜਿਹੜੇ ਵੀ ਉੱਥੇ ਮਹਾਂਪੁਰਸ਼ ਹੈ ਉਹਨਾਂ ਨੇ ਆਪ ਜੀ ਨੂੰ ਦਾਸ ਕਈ ਵਾਰ ਜ਼ਿਕਰ ਕਰਦਾ ਹੁੰਦਾ ਹੈ ਕਿ ਜਿੰਨੇ ਵੀ ਮਹਾਂਪੁਰਸ਼ ਉਸ ਡੇਰੇ ਦੇ ਨਾਲ ਸੰਬੰਧਿਤ ਹਨ, ਜਿਹੜਾ ਵੀ ਮਹਾਂਪੁਰਸ਼ ਨੇ ਉੱਥੇ ਆ ਕੇ ਸੇਵਾ ਕੀਤੀ ਹੈ ਉਹਨਾਂ ਨੇ ਇੱਕ ਦੂਜੇ ਤੋਂ ਵੱਧ ਕੇ ਸਾਡੀ ਕੌਮ ਦੀ ਸੇਵਾ ਕੀਤੀ ਔਰ ਸਾਡੀ ਕੌਮ ਨੂੰ ਜਿਹੜੀ ਇੱਕ ਸੇਧ ਦਿੱਤੀ ਹੈ। ਤੋ ਆਪਾਂ ਅੰਕਲ ਫਕੀਰ ਸਿੰਘ ਬੈਦੀ ਸਾਹਿਬ ਨਾਲ ਗੱਲਾਂ ਬਾਤਾਂ ਕਰ ਰਹੇ ਸੀ, ਸੋ ਆਪਾਂ ਗੱਲਾਂ ਬਾਤਾਂ ਇਹਨਾਂ ਨੇ ਇਸ ਤਰ੍ਹਾਂ ਜਾਰੀ ਕਰਾਂਗੇ। ਪਹਿਲਾਂ ਅਸੀਂ ਇੱਕ ਸੰਤ ਰਾਮਾਨੰਦ ਮਹਾਰਾਜ ਨੇ ਜਿਹਦੇ ਨਾਲ ਸਾਡੀ ਕੌਮ ਨੂੰ ਇੱਕ ਬੜਾ ਹਲੂਣਾ ਮਿਲਿਆ ਔਰ ਸਾਡੀ ਕੌਮ ਦਾ ਧਿਆਨ ਸਿੱਧਾ ਹੀ ਕੰਸ਼ੀ ਬਨਾਰਸ ਵੱਲ ਨੂੰ ਹੋ ਗਿਆ। ਉਹ ਸੀ ਚਲੋ ਬਨਾਰਸ ਸਾਧ ਸੰਗਤ ਜੀ ਇੱਕ ਇਤਿਹਾਸ ਬਣਾਉਣਾ ਹੈ। ਆਓ ਆਪਾਂ ਪਹਿਲਾਂ ਉਹ ਸੰਤ ਰਾਮਾਨੰਦ ਮਹਾਰਾਜ ਦਾ ਸ਼ਬਦ ਸੁਣਦੇ ਹਾਂ, ਉਸ ਤੋਂ ਬਾਅਦ ਆਪਾਂ ਅੰਕਲ ਫਕੀਰ ਸਿੰਘ ਬਿਰਦੀ ਸਾਹਿਬ ਨਾਲ ਫਿਰ ਗੱਲਾਂ। ਸਤਿਗੁਰ ਨੇ ਜਿੱਥੇ ਲੱਖਾਂ ਲਾਈਟ ਉਠਾਏ ਨੇ, ਕੌਮ ਲਈ ਸਤਿਗੁਰ ਨੇ
ਸਿੰਘ ਜੀ ਆਪ ਜੀ ਨੇ ਹੁਣੇ ਸ਼ਬਦ ਸੰਤ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਦਾ ਗਾਇਆ ਹੋਇਆ ਸ਼ਬਦ ਚਲੋ ਬਨਾਰਸ ਸਾਧ ਸੰਗਤ ਜੀ ਇਤਿਹਾਸ ਰਚਾਉਣਾ ਹੈ ਆਪ ਜੀ ਨੇ ਉਹਨਾਂ ਦੀ ਰਸਨਾ ਦੇ ਵਿੱਚੋਂ ਇਹ ਸ਼ਬਦ ਸਰਵਣ ਕੀਤਾ ਹੈ ਤਾਂ ਆਓ ਆਪਾਂ ਅੰਕਲ ਸਾਡੇ ਅੰਕਲ ਫਕੀਰ ਸਿੰਘ ਬੈਦੀ ਸਾਹਿਬ ਜੀ ਹਾਂਜੀ ਅੰਕਲ ਜੀ ਤੁਸੀਂ ਜਿਹੜੀ ਉਹ ਜਿਹੜੀਆਂ ਉਹਨਾਂ ਦੇ ਘਰ ਦੀਆਂ ਗੱਲਾਂ ਸੀ ਜਿਹੜਾ ਉਹਨੂੰ ਦਿੱਤਾ ਉਸ ਤੋਂ ਬਾਅਦ ਫਿਰ ਉਹਨਾਂ ਦੀ ਗਾਹਾਂ ਕਿੱਦਾਂ ਹੋਈ ਉਸ ਤੋਂ ਬਾਅਦ ਫਿਰ ਇਹ ਹੋਇਆ ਕਿਉਂਕਿ ਹਿੰਦੂਇਜ਼ਮ ਦਾ ਪ੍ਰਭਾਵ ਜਿਸ ਤਰ੍ਹਾਂ ਹੁਣ ਵੀ ਹੈ ਲੇਕਿਨ ਉਸ ਵਕਤ ਤਾਂ ਥੋੜ੍ਹਾ ਜ਼ਿਆਦਾ ਸੀ ਹਾਂਜੀ ਅਤੇ ਉਹਨਾਂ ਨੇ ਸਾਡੇ ਜਿਹੜੇ ਲੋਕਲ ਬੰਦੇ ਸੀਗੇ ਜਿਹੜੇ ਮੈਨੇਜ ਕਰਦੇ ਸੀ ਉਹਨਾਂ ਨੂੰ ਪ੍ਰੈਸ਼ਰ ਪਾ ਕੇ ਸਾਡੇ ਜਿਹੜੇ ਟਰੱਕ ਵਗੈਰਾ ਸੀ ਇਹ ਰੇਤਾ ਸੀਮੈਂਟ ਵਗੈਰਾ ਉਹ ਉਹਨਾਂ ਦੇ ਬਹੁਤ ਟਰਬਲ ਜਿਹੀ ਕਰਨੀ ਸ਼ੁਰੂ ਕਰ ਦਿੱਤੀ ਫਿਰ ਸਾਨੂੰ ਪਤਾ ਲੱਗਾ ਕਿ ਉਹ ਟਰਬਲ ਕਰਦੇ ਆ ਵੀ ਇਹ ਚਮਾਰਾ ਦਾ ਮੰਦਰ ਹੈ ਅਸੀਂ ਇੱਥੇ ਮੰਦਰ ਨਹੀਂ ਬਣ ਦੇਣਾ ਇਹਨਾਂ ਨੂੰ ਇੱਥੇ ਬਣਾ ਨਹੀਂ ਸਕਦੇ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਲੇਕਿਨ ਜਦ ਸਾਨੂੰ ਪਤਾ ਲੱਗਾ ਫਿਰ ਅਸੀਂ ਕਿਉਂਕਿ ਅਸੀਂ ਦਿੱਲੀ ਸੀ ਅਸੀਂ ਮੈਂ ਸੀਗਾ ਸਾਡੇ ਨਾਲ ਦੇ ਹੋਰ ਜਿਹੜੇ ਬੰਦੇ ਸੋਰੀ ਮੈਂ ਤੁਹਾਨੂੰ ਰੋਕਦਾ ਅੱਜ ਉਹ ਜਿਹੜੇ ਬੰਦੇ ਆ ਨਾ ਸਾਨੂੰ ਉਹ ਸਾਡਾ ਸਾਥ ਵੀ ਦਿੰਦੇ ਆ ਉੱਥੇ ਹੁਣ ਮਤਲਬ ਉਹਨਾਂ ਨੂੰ ਸਾਨੂੰ ਸਾਡੇ ਬਾਰੇ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਅਸੀਂ ਕੀ ਚੀਜ਼ ਆ ਪਰ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਹਾਂ ਉਹ ਸਾਡੇ ਨਾਲ ਉਹ ਕੋਪਰੇਟ ਵੀ ਕਰਦੇ ਆ ਆਉਂਦੇ ਵੀ ਮੰਦਰ ਵਿੱਚ ਉਹ ਇਸ ਤਰ੍ਹਾਂ ਹੈ ਇਸ ਤਰ੍ਹਾਂ ਕਿ ਜਿਹੜੇ ਆਪਣੇ ਬੰਦੇ ਸੀਗੇ ਜਿਹੜੇ ਸਾਨੂੰ ਸਮਝਦੇ ਸੀ ਕਿ ਸਿੱਖ ਹੈ ਜਾਂ ਕੋਈ ਜਾਂ ਇਹੋ ਸਾਡੀ ਕਮਿਊਨਿਟੀ ਦੇ ਨਹੀਂ ਹੈ ਤਾਂ ਉਹ ਸਾਨੂੰ ਸਾਡੇ ਤੋਂ ਥੋੜ੍ਹਾ ਦੂਰ ਰਹਿੰਦੇ ਸੀ ਲੇਕਿਨ ਜਿਸ ਤਰ੍ਹਾਂ ਅਸੀਂ ਇਹ ਦੇਖਿਆ ਕਿ ਵੀ ਇਹ ਜਿਹੜਾ ਹੈਗਾ ਸਾਡੇ ਟਰੱਕ ਵਗੈਰਾ ਨਹੀਂ ਲੰਘਣ ਦਿੰਦੇ ਫਿਰ ਅਸੀਂ ਦਿੱਲੀ ਕਿਉਂਕਿ ਫੋਨ ਕਰਕੇ ਸਾਨੂੰ ਅਸੀਂ ਮਿਨਿਸਟਰੀਆਂ 'ਚ ਕੰਮ ਕਰਦੇ ਸੀਗੇ ਅਤੇ ਸਾਨੂੰ ਇਨਫਲੂਐਂਸ ਦਾ ਸਾਰਾ ਪਤਾ ਸੀ ਕਿ ਗਵਰਨਮੈਂਟ ਦੀ ਮਸ਼ੀਨਰੀ ਕਿੱਦਾਂ ਰਨ ਕਰਦੀ ਆ ਅਸੀਂ ਫਿਰ ਦੋ ਤਿੰਨ ਚਾਰ MP ਜਿਹੜੇ ਸੀ ਇੱਕ ਸ਼੍ਰੀ ਆਪਣੀ ਲੇਡੀ MP ਸੀ ਮਿਸਿਸ ਗੰਗਾ ਦੇਵੀ ਔਰ ਡਾਕਟਰ ਫਿਰ ਆਪਣੇ ਜਗੀਰ ਰਾਮ ਜੀ ਸੀ ਅਤੇ ਫਿਰ ਸਾਡੇ ਤਕਰੀਬਨ 82 MP ਸੀਗੇ ਜਿਹੜੇ ਦਿੱਲੀ 'ਚ ਰਿਜ਼ਲਟ ਸੀਟ 'ਤੇ ਆਏ ਸੀ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਪਿਆ ਉਹਨਾਂ ਨੇ ਫਿਰ ਸਾਡੇ 'ਤੇ ਉਹਨੇ ਕਿਹਾ ਕਿ ਇਹ ਨਹੀਂ ਹੋ ਸਕਦਾ ਇਹ ਤੁਹਾਡਾ ਮੰਦਰ ਬਣੇਗਾ ਉਹਨੇ ਫਿਰ ਸਾਡੀ ਹੈਲਪ ਕੀਤੀ ਉਸ ਤੋਂ ਬਾਅਦ ਫਿਰ ਸਾਨੂੰ ਕੋਈ ਟਰਬਲ ਨਹੀਂ ਹੋਈ
ਅਤੇ ਮੰਦਰ ਹੁਣ ਕੰਪਲੀਟ ਹੈ ਜਿਹੜਾ ਕਿ ਸਾਰੀ ਦੁਨੀਆ ਜਾਂਦੀ ਹੈ ਲੱਖਾਂ 'ਚ ਅਰਦਾਸ ਬੰਦਾ ਜਾਂਦਾ ਹਰੇਕ ਬੰਦਾ ਜਾਣਦਾ ਕਿ ਮੰਦਰ ਬਣ ਗਿਆ ਉਸ ਤੋਂ ਬਾਅਦ ਸਾਡੇ ਨਾਲ ਇੱਕ ਹੋਰ ਸਾਡੇ ਵਾਸਤੇ ਬਹੁਤ ਵੱਡਾ ਐਡਵਾਂਟੇਜ ਜਿਹੜਾ ਹੋਇਆ ਮਹਾਂਪੁਰਸ਼ਾਂ ਦੀ ਮਿਹਰਬਾਨੀ ਸਾਡੇ ਕਮਿਊਨਿਟੀ 'ਤੇ ਹੋਈ ਅਸੀਂ ਲੋਕ ਬਾਹਰ ਆ ਗਏ ਬਾਹਰ ਆਣ ਕੇ ਅਸੀਂ ਸਾਡੇ ਹੁਣ ਉਤਸ਼ਾਹ ਸੀਗੀ ਕਿ ਸਾਡੀ ਕੋਈ ਚੀਜ਼ ਹੋਣੀ ਚਾਹੀਦੀ ਆ ਅਸੀਂ ਫਿਰ ਜਿਹੜੇ ਬਾਹਰ ਬੰਦੇ ਆ ਗਏ ਹਾਂ ਅਸੀਂ ਫਿਰ ਬਾਹਰ ਆਣ ਕੇ ਸਾਡੇ ਮਨ ਦੇ ਵਿੱਚ ਚਾਹ ਆ ਕਿ ਅਸੀਂ ਕੋਈ ਚੀਜ਼ ਬਣਾਈਏ ਹੁਣ ਉਸੇ ਮੰਦਰ ਦੇ ਉੱਤੇ ਜਿਹੜੀ ਸੰਗਤ ਬਾਹਰ ਆਈ ਅਸੀਂ ਲੋਕ ਪੰਜਾਬੀ ਜਾਂ ਦੂਸਰੇ ਵੀ ਹੈ ਅਸੀਂ ਲੋਕਾਂ ਨੇ ਉਹਨੂੰ ਸੋਨੇ ਦੇ ਵਿੱਚ ਮਡਾਉਣਾ ਸ਼ੁਰੂ ਕਰ ਦਿੱਤਾ ਬਿਲਕੁਲ ਜਿਹੜਾ ਕਿ ਮੰਦਰ 'ਤੇ ਸੋਨੇ ਦਾ ਮੰਦਰ ਚੱਲ ਰਿਹਾ ਔਰ ਗਾਂ ਵੀ ਜਿਹੜੀ ਸੰਗਤ ਹੈ ਉਹਦੀ ਕੋਸ਼ਿਸ਼ ਇਹ ਹੋਈ ਆ ਅੰਕਲ ਜੀ ਸੋਰੀ ਆਪਾਂ ਮੁੜ ਕੇ ਇੱਥੇ ਮੈਂ ਤੁਹਾਡੇ ਤੋਂ ਮੁੜ ਕੇ ਫਿਰ ਆਊਂਗਾ ਆਪਾਂ ਇੱਥੇ ਗੱਲ ਫਿਰ ਚਲਾਂਗੇ ਹਾਂਜੀ ਸਾਡੇ ਨਾਲ ਬੈਠੇ ਹਨ ਸਾਡੇ ਇੰਦਰਜੀਤ ਸੁੰਦਰ ਸਾਹਿਬ ਜੀ ਸੁੰਦਰ ਸਾਹਿਬ ਜੀ ਤੁਸੀਂ ਸਭ ਤੋਂ ਪਹਿਲਾਂ ਤੁਹਾਨੂੰ ਜੈ ਕਰਦੇ ਧੰਨ ਕਰਦੇ ਔਰ ਤੁਸੀਂ ਡੇਰਾ ਬੱਲਾਂ ਦੇ ਮਹਾਂਪੁਰਸ਼ ਡੇਰਾ ਬੱਲਾਂ ਨਾਲ ਤੁਸੀਂ ਕਾਫੀ ਚਿਰ ਦੇ ਜੁੜੇ ਆ ਉਹਦੇ ਬਾਰੇ ਤੁਸੀਂ ਮੈਨੂੰ ਕੀ ਆਪਣੇ ਮਗਲੀ ਜ਼ਿੰਦਗੀ ਵਿੱਚ ਜਾ ਕੇ ਤੁਸੀਂ ਦੱਸ ਸਕਦੇ ਹੋ ਤੁਸੀਂ ਕਿਉਂ ਜੁੜੇ ਜਾਂ ਤੁਹਾਨੂੰ ਜਦੋਂ ਜੁੜ ਗਿਆ ਤਾਂ ਤੁਹਾਨੂੰ ਕਿਹੋ ਜਿਹਾ ਲੱਗਿਆ ਉੱਥੇ ਦਾ ਮਾਹੌਲ ਪਹਿਲਾਂ ਸਾਧ ਸੰਗਤ ਜੈ ਗੁਰਦੇਵ ਤਨਕਦੇਵ ਜੀ ਮਨਜੀਤ ਜੀ ਤੁਸੀਂ ਸਵਾਲ ਪੁੱਛਿਆ ਵੀ ਸਾਡਾ ਡੇਰੇ ਨਾਲ ਕਦੋਂ ਲਿੰਕ ਹੋਇਆ ਹਾਂਜੀ ਦੇਖੋ ਜੀ ਲਿੰਕ ਸੀ ਪਹਿਲਾਂ ਸਾਡੇ ਫਾਦਰ ਸਾਹਿਬ ਸ਼੍ਰੀਮਾਨ ਹੰਸ ਰਾਜ ਅਤੇ ਬੀਬੀ ਪਤੀਪੋ ਇਹ 1960 ਵਿੱਚ ਹਾਂਜੀ ਉਦੋਂ ਮੇਰੀ 2 ਸਾਲ ਦੀ ਉਮਰ ਸੀ ਅੱਛਾ ਤਾਂ ਇਹ ਅਸੀਂ ਫਾਦਰ ਸਾਹਿਬ ਮਾਤਾ ਸਾਹਿਬ ਉੱਥੇ ਜਾਂਦੇ ਸੀ ਹਾਂਜੀ ਅਸੀਂ ਛੋਟੇ ਹੁੰਦੇ ਸੀ ਸਾਨੂੰ ਨਾਲ ਲੈ ਜਾਣਾ ਹਾਂਜੀ ਹਾਂਜੀ ਉਦੋਂ ਇੱਥੇ ਦੇਖੋ ਜੀ ਸਾਰੀ ਨਹਿਰ 'ਤੇ ਸਾਰੀ ਰੇਤਾ ਹੁੰਦੀ ਸੀ ਅੱਛਾ ਨਹਿਰ ਇੰਨੀ ਸਾਫ਼ ਸੁਥਰੀ ਹੁੰਦੀ ਅਸੀਂ ਤੁਰ ਕੇ ਹੀ ਆਰਾਮ ਨਾਲ ਕਰੋ ਅੱਛਾ ਅੱਛਾ ਇੱਥੇ ਆ ਜਾਂਦੇ ਸੀ ਜੀ ਅੱਛਾ ਤਾਂ ਦੇਖੋ ਜੀ ਸਾਨੂੰ ਇੱਥੇ ਇੱਦਾਂ ਸੀ ਵੀ ਜਿੱਦਾਂ ਸਾਡਾ ਇੱਕ ਆਪਣਾ ਹੀ ਘਰ ਆ ਆਪਣੇ ਘਰ ਬਿਲਕੁਲ ਆਪਣੇ ਘਰ ਵਾਂਗੂ ਮਹਿਸੂਸ ਹੋਇਆ ਸਾਨੂੰ ਇੰਨਾ ਪਿਆਰ ਇੱਥੇ ਮਿਲਿਆ ਹਾਂਜੀ ਤਾਂ ਸਾਨੂੰ ਸਾਡੇ ਪੇਰੈਂਟਸ ਨੂੰ ਚਲੋ ਲੱਗਣ ਸੀ ਗਾਂ ਸਾਨੂੰ ਲੱਗ ਗਿਆ ਹਾਂਜੀ ਹਾਂਜੀ ਉਹੀ ਚੀਜ਼ ਅਸੀਂ ਆਪਣੀ ਗਾਂ ਆਪਣੇ ਬੱਚਿਆਂ ਨੂੰ ਲੱਗਣ ਉਹ ਲਾਤਾ ਬਿਲਕੁਲ ਗਾਂ ਹੁਣ ਸਾਡੀ ਪੋਤੀਆਂ ਆ ਗਈਆਂ ਗਾਂ ਅਸੀਂ ਉਹਨਾਂ ਨੂੰ ਲੱਗਣ ਲੱਗ ਦਿੰਦੇ ਹਾਂਜੀ ਹਾਂਜੀ ਸਾਡਾ ਦੇਖੋ ਜੀ ਸਾਡਾ ਉਹਨਾਂ ਨਾਲ ਇੰਨਾ ਪਿਆਰ ਸੀ ਦੇਖੋ ਹਾਂਜੀ ਵੀ ਉਹ ਮਾਪਿਆਂ ਦੇ ਨਾਲ ਵਾਂਗੂ ਸਾਡੇ ਨਾਲ ਉਹਨਾਂ ਦੇ ਨਾਲ ਇੰਨਾ ਪਿਆਰ ਹੋ ਗਿਆ ਸੀ ਬਿਲਕੁਲ ਬਿਲਕੁਲ ਦੇਖੋ ਜੀ ਮਨਜੀਤ ਜੀ ਅਸੀਂ ਮੈਂ ਰੱਬ ਨਹੀਂ ਦੇਖਿਆ ਹਾਂਜੀ ਜੇ ਮੈਂ ਰੱਬ ਦੇਖਿਆ ਮੈਂ ਥਰੂ ਇਸ ਸੰਤ ਸਰਵਨ ਦਾਸ ਮਹਾਰਾਜ ਦੇ ਅੱਖਾਂ ਦੇ ਥਰੂ ਰੱਬ ਦੇਖਿਆ ਬਿਲਕੁਲ ਮੈਨੂੰ ਨਹੀਂ ਪਤਾ ਵੀ ਰੱਬ ਹੈ ਕਿ ਨਹੀਂ ਪਰ ਮੈਨੂੰ ਪਤਾ ਜ਼ਰੂਰ ਹੈਗੇ ਆ ਉਹ ਥਰੂ ਸੰਤ ਸਰਵਨ ਦਾਸ ਮਹਾਰਾਜ ਦੇ ਥਰੂ ਹੋਏ ਆ ਵੈਰੀ ਨਾਈਸ ਉਹ ਇੱਦਾਂ ਸੀ ਵੀ ਉਹਨਾਂ ਨੂੰ ਇੰਨਾ ਪਿਆਰ ਸੀ ਉਹ ਸਾਡੀ ਕੌਮ ਨੂੰ ਜਾਂ ਸਾਡੇ ਬੱਚਿਆਂ ਨੂੰ ਇੰਨਾ ਕੌਨਫੀਡੈਂਸ ਕੋਸ਼ਿਸ਼ ਕਰਦੇ ਸੀ ਉਹ ਸਦਾ ਹੀ ਤੁਹਾਨੂੰ ਕੌਨਫੀਡੈਂਸ ਪੈਦਾ ਕਰਦੇ ਸੀ ਪੜ੍ਹੋ ਜ਼ਮੀਨਾਂ ਲਓ ਵੀ ਤੁਹਾਡੇ ਹੌਂਸਲੇ ਵਧੂਗੇ ਉਹ ਤੁਹਾਡੇ ਵਿੱਚ ਸਪਿਰਿਟ ਪੈਦਾ ਕਰਦੇ ਸੀ ਉਹ ਗੁਰੂ ਦਾਸ ਮਹਾਰਾਜ ਦੀ ਬਾਣੀ ਵਿੱਚ ਹੈ ਕਿਉਂਕਿ ਉਹਨਾਂ ਨੇ ਉਹ ਸੱਚੀ ਜਿਹੜੀ ਮਹਾਰਾਜ ਦੀ ਬਾਣੀ 'ਤੇ ਉਹਨੇ ਪਹਿਰਾ ਦਿੱਤਾ ਜਿੱਦਾਂ ਮਾਧੋ ਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ ਹਾਂਜੀ ਇਹਦਾ ਮਤਲਬ ਉਹਨਾਂ ਨੇ ਵਿਦਿਆ ਨੂੰ ਸਾਨੂੰ ਕਿਹਾ ਵੀ ਜਿੰਨੇ ਚਿਕਰ ਇਹ ਪੜ੍ਹਦੇ ਨੇਗੇ ਉਹਨਾਂ ਚਿਕਰ ਇਹਨਾਂ ਦਾ ਤੀਜਾ ਨੇਤਰ ਖੁੱਲ੍ਹਣਾ ਨੀਗਾ ਦੇਖੋ ਜੀ ਉਹਨਾਂ ਨੂੰ ਪਤਾ ਸੀ ਵਿਦਆਊਟ ਐਜੂਕੇਸ਼ਨ ਸਾਡੇ ਲੋਕ ਅੰਨੇ ਆ ਬਲਾਈਂਡ ਆ ਬਿਲਕੁਲ ਬਲਾਈਂਡ ਆ ਤਾਂ ਸਾਨੂੰ ਜੋ ਮਰਜ਼ੀ ਲੋਕ ਦੁਨੀਆ ਸਾਰੇ ਲੁੱਟ ਦਿੰਦੇ ਸੀ ਹਾਂਜੀ ਉਹਨਾਂ ਨੂੰ ਵੀ ਪਤਾ ਸੀ ਹਾਂਜੀ ਸੋ ਤਾਂ ਕਰਕੇ ਉਹਨਾਂ ਨੂੰ ਪਤਾ ਲੱਗਿਆ ਸੀ ਵੀ ਜੇ ਮੇਰੀ ਕੌਮ ਨੇ ਜਾਗਣਾ ਇਹ ਕਦੀ ਇੱਕ ਐਜੂਕੇਸ਼ਨ ਆ ਬਿਲਕੁਲ ਉਹ ਐਜੂਕੇਸ਼ਨ ਦੇ ਨਾਲ ਇੰਨਾ ਜ਼ੋਰ ਦਿੰਦੇ ਸੀ ਉਹ ਤੁਹਾਨੂੰ ਇੰਨਾ ਕੌਨਫੀਡੈਂਸ ਕਰਦੇ ਸੀ ਵੀ ਤੁਹਾਡੇ ਵਿੱਚ ਨੈਚੁਰਲੀ ਸਪਿਰਿਟ ਪੈਦਾ ਕਰਦੇ ਸੀ ਅਸੀਂ ਹਾਂਜੀ ਦੇਖੋ ਜੀ ਅਸੀਂ ਤਾਂ ਉਹਨਾਂ ਨੂੰ ਜਾਣ ਦਿੱਤੀ ਆ ਸਾਡਾ ਅਸੀਂ ਸਾਡਾ ਅਸੀਂ ਉਹਨਾਂ 'ਤੇ ਦੇਖੋ ਜੀ ਅਸੀਂ ਨਮਸਕਾਰ ਕਰਦੇ ਹਾਂ ਜਿਨ੍ਹਾਂ ਨੇ ਹਾਂਜੀ ਉਸੇ ਟਾਈਮ ਦੇਖੋ ਕਿੱਦਾਂ ਆਪਣੀ ਸਟਰਗਲ ਕਰਕੇ ਹਾਂਜੀ ਇਸ ਡੇਰੇ ਨੇ ਦੇਖੋ ਕੌਮ ਨੂੰ ਕਿੱਥੇ ਤੱਕ ਲਿਆਂਦਾ ਅਸੀਂ ਉਸ ਡੇਰੇ ਨੂੰ ਸਦਾ ਨਮਸਕਾਰ ਕਰਦੇ ਹਾਂ ਗਾਂ ਅਸੀਂ ਕੋਸ਼ਿਸ਼ ਇਹੀ ਕਰਨੀ ਆ ਸਾਡੀ ਕੌਮ ਉਹ ਬੱਚੇ ਕੀ ਸਾਡੇ ਕੌਮ ਇਸ ਡੇਰੇ ਨੂੰ ਸਦਾ ਹੀ ਨਮਸਕਾਰ ਕਰਦੇ ਨੇ ਇੱਕ ਮੈਂ ਤੁਹਾਨੂੰ ਕੁਐਸਚਨ ਪੁੱਛਣਾ ਚਾਹੁੰਦਾ ਵੀ ਜਿਹੜਾ ਜਿੱਦਾਂ ਸੰਤ ਰਾਮਾਨੰਦ ਮਹਾਰਾਜ ਜੀ ਮਹਾਂਪੁਰਸ਼ ਸਾਰੇ ਇੱਥੇ ਯੂਕੇ ਦੇ ਵਿੱਚ ਆਉਂਦੇ ਰਹੇ ਸਾਰੀ ਦੁਨੀਆ ਵਿੱਚ ਉਹ ਸਤਿਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਦਾ ਜਿਹੜਾ ਉਹ ਪ੍ਰਚਾਰ ਕਰ ਲਏ ਜਾਂਦੇ ਆ ਔਰ ਸੰਤਾਂ ਨੂੰ ਗੁਰੂ ਰਵਿਦਾਸ ਜਿਹੜਾ ਦਾ ਮਿਸ਼ਨ ਹੈ ਉੱਤੇ ਉਹਨੂੰ ਅਵੇਅਰ ਕਰਦੇ ਆ ਜਿਹੜਾ ਹੌਲ ਬਣਿਆ ਹੈਗਾ ਆਪਣੇ ਡੇਰੇ ਦੇ ਮੂਹਰੇ ਉਹ ਹੌਲ ਉਹ ਕਿੱਦਾਂ ਉਹਨਾਂ ਦੇ ਕਿੱਦਾਂ ਉਹਨਾਂ ਦੇ ਦਿਮਾਗ 'ਚ ਆਈਡੀਆ ਕਿਉਂਕਿ ਉਹ ਜਿਹੜੀ ਗੇਮ ਸੀਗੀ ਉਹ ਬਹੁਤ ਕਰੋੜਾਂ ਰੁਪਈਆਂ ਦੀ ਗੇਮ ਸੀ ਉਹ ਕਿੱਦਾਂ ਉਹਨਾਂ ਦੇ ਆਈਡੀਆ ਕਿੱਦਾਂ ਆਇਆ ਦੇਖੋ ਜੀ ਦੇਖੋ ਹੁਣ ਸੰਗਤ ਦੇਖੋ ਪਹਿਲਾਂ ਜਿੱਦਾਂ ਪਹਿਲਾਂ ਇੱਥੇ ਕੁਟਿਆ ਜੀ ਹੁੰਦੀ ਸੀ ਸੰਗਤ ਨਹੀਂ ਸੀ ਹਾਂਜੀ ਹੌਲੀ 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 ਤੁਸੀਂ ਦੇਖਿਆ ਵੀ ਸੰਗਤ ਤਾਂ ਹੁਣ ਲੱਖਾਂ ਹੀ ਹੋ ਜਾਂਦੀ ਹੈ ਹਾਂਜੀ ਹਾਂਜੀ
ਉਸ ਕਮੀ ਲਈ ਪੂਰੀ ਕਰਨੀ ਨੂੰ ਚਲੋ ਉਹ ਮਨਾਂ 'ਚ ਜਿੱਦਾਂ ਵੀ ਮਹਾਰਾਜ ਦੇ ਮਨ 'ਚ ਆਇਆ ਹਾਂਜੀ ਕਹਿੰਦੇ ਹੁੰਦੇ ਸਾਧੂ ਮਹਾਤਮਾ ਜਿਹੜੀ ਮਾਇਆ ਮਾਇਆ ਤਾਂ 24 ਘੰਟੇ ਉਹਨਾਂ ਦੇ ਮਗਰ ਫਿਰਦੀ ਹੈ ਬਿਲਕੁਲ 24 ਘੰਟੇ ਫਿਰਦੀ ਆ ਜੇ ਉਹਨਾਂ ਨੇ ਮਾਇਆ ਇਕੱਠੀ ਕਰਨੀ ਹੁੰਦੀ ਆਪਣੇ ਲਈ ਤਾਂ ਉਹ ਸਭ ਕੁਛ ਕਰ ਸਕਦੇ ਸੀ ਹਾਂਜੀ ਉਹ ਸਾਡੀ ਕੌਮ ਲਈ ਬਣਾ ਕੇ ਗਏ ਆ ਉਹ ਉਹਨਾਂ ਦੇ ਮਨ ਵਿੱਚ ਆਇਆ ਵੀ ਹਾਂ ਚੀਜ਼ ਬਣਾਉਣੀ ਹੈ ਤੁਸੀਂ ਇਸ ਵੇਲੇ ਜਾਓ ਉੱਥੇ ਕਿੰਨੇ ਲੱਖੀ ਲੋਕ ਬਹਿ ਸਕਦੇ ਆ ਇਹ ਸਾਧ ਸੰਗਤ ਨੇ ਹੀ ਇਹ ਚੀਜ਼ ਬਣਾਈ ਹੈ ਸਾਧ ਸੰਗਤ ਨੇ ਬਣਾਇਆ ਤਾਂ ਮਹਾਰਾਜ ਰਾਮਾਨੰਦ ਨੇ ਆਪ ਅਸੀਂ ਦੇਖਿਆ ਉਹਨਾਂ ਨੂੰ ਮਿਹਨਤ ਕਰਦੇ ਉਹਨਾਂ ਨੂੰ ਉੱਥੇ ਉਸ ਲੇਬਰ ਕੀਤੀ ਹੈ ਉਹਨੇ ਉਸ ਸਾਧ ਸੰਗਤ ਨੇ ਪਹਿਲੀ ਕੀਤੀ ਹੈ ਉਹਨਾਂ ਨੇ ਆਪਣੇ ਬੱਚਿਆਂ ਲਈ ਨਹੀਂ ਕੀਤੀ ਉਹ ਆਪਣੀ ਕੌਮ ਲਈ ਕੀਤੀ ਸੀ ਆਪਣੀ ਕੌਮ ਨੂੰ ਚੁੱਕਣਾ ਸੀ ਉਹ ਤੁਹਾਡੇ ਵਿੱਚ ਸਪਿਰਿਟ ਪੈਦਾ ਕਰਦੇ ਸੀ ਵੀ ਦੇਖੋ ਸਭ ਕੁਛ ਹੋ ਸਕਦਾ ਇਸ ਦੁਨੀਆਂ 'ਚ ਇੱਕ ਹਿੰਮਤ ਆ ਕਹਿੰਦੇ ਹੁੰਦੇ ਇਹ ਨਹੀਂ ਵੀ ਇਕੱਲੇ ਆਪਣੇ ਰੱਬ ਦੇ ਛੱਡਦੇ ਹੋ ਜੇ ਆਪਣੇ ਗੁਰੂ ਦੇ ਛੱਡਦੇ ਹੋ ਕਹਿੰਦੇ ਪਹਿਲਾਂ ਆਪਣੀ ਹਿੰਮਤ ਕਰੋ ਗੁਰੂ ਫਿਰ ਤੁਹਾਡਾ ਸਾਥ ਕਰਦਾ ਬਿਲਕੁਲ ਬਿਲਕੁਲ ਸਹੀ ਗੱਲ ਇੰਦਰਜੀਤ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮੈਂ ਤੁਹਾਡੇ 'ਤੇ ਮੁੜ ਕੇ ਫਿਰ ਆਵਾਂਗਾ ਮੇਰੇ ਨਾਲ ਸਟੂਡੀਓ ਵਿੱਚ ਸਾਡੇ ਬਿਰਦੀ ਸਾਹਿਬ ਅਮਰਜੀਤ ਜੀ ਬਿਰਦੀ ਸਾਹਿਬ ਤੁਹਾਨੂੰ ਵੀ ਤਨਕਦੇ ਜੀ ਔਰ ਬਿਰਦੀ ਸਾਹਿਬ ਤੁਸੀਂ ਕੋਈ ਤੁਹਾਡਾ ਕੋਈ ਤੁਸੀਂ ਵੀ ਕਾਫੀ ਚਿਰ ਦੇ ਉੱਤੇ ਜਾਂਦੇ ਹਾਂ ਮਹਾਂਪੁਰਸ਼ਾਂ ਦੇ ਦਰਸ਼ਨ ਇੱਥੇ ਵੀ ਤੁਸੀਂ ਜਦੋਂ ਮਹਾਂਪੁਰਸ਼ ਆਉਂਦੇ ਹੁਣ ਵੀ ਤੁਸੀਂ ਕਾਫੀ ਸੇਵਾ ਦੇ ਵਿੱਚ ਵੱਧ ਚੜ੍ਹ ਕੇ ਤੁਸੀਂ ਸੇਵਾ ਕਰਦੇ ਹਾਂ ਅਸੀਂ ਸਪੈਸ਼ਲੀ ਤੁਹਾਡੀ ਡਿਊਟੀ ਜ਼ਿਆਦਾ ਅਸੀਂ ਲੰਗਰ ਦੇ ਲਾਉਂਦੇ ਹੁੰਦੇ ਹਾਂ ਕਿਉਂਕਿ ਤੁਸੀਂ ਜਿਹੜਾ ਲੰਗਰ ਆ ਲੰਗਰ ਦਾ ਤੁਸੀਂ ਇੰਤਜ਼ਾਮ ਜਿਹੜਾ ਬਹੁਤ ਵਧੀਆ ਕਰਦੇ ਹਾਂ ਅਤੇ ਤੁਹਾਨੂੰ ਜਦੋਂ ਮਹਾਂਪੁਰਸ਼ ਇੱਥੇ ਆਉਂਦੇ ਜਾਂ ਜਦੋਂ ਤੁਸੀਂ ਉੱਥੇ ਤਾਂ ਕੋਈ ਤੁਹਾਨੂੰ ਕੋਈ ਜਦੋਂ ਸੰਤ ਰਾਮਾਨੰਦ ਮਹਾਰਾਜ ਨੇ ਸੋਨੇ ਦੀ ਗੱਲ ਕੀਤੀ ਮੰਦਰ ਨੂੰ ਚੜ੍ਹਾਉਣ ਮੰਦਰ ਨੂੰ ਬਣਾਉਣ ਵਾਸਤੇ ਜਿਹੜਾ ਉਦੋਂ ਦਾ ਜ਼ੋਰਾਂ ਸ਼ੋਰਾਂ ਦੇ ਨਾਲ ਸਾਡੀਆਂ ਆਮ ਇਨਸਾਨ ਜਿਹੜਾ ਆ ਉਹ ਸੋਨਾ ਸਾਂਭ ਕੇ ਰੱਖਦਾ ਹਾਂਜੀ ਅਸੀਂ ਦੁਨਿਆਵੀ ਜੀਵ ਹਾਂ ਅਸੀਂ ਸੋਨੇ ਨੂੰ ਸਾਡੀਆਂ ਮਾਵਾਂ ਭੈਣਾਂ ਸਾਂਭ ਕੇ ਰੱਖਦੀਆਂ ਪਰ ਜਦੋਂ ਉਹਨਾਂ ਨੇ ਸ਼ਬਦ ਹੋਣੀ ਜਿਹੜਾ ਸਰਮ ਕੀਤਾ ਜਦੋਂ ਉਹਨਾਂ ਨੇ ਸ਼ਬਦ ਗਾਇਆ ਸੀ ਤਾਂ ਉਸ ਵੇਲੇ ਜਿਨ੍ਹਾਂ ਦੇ ਜਿੰਨਾ ਵੀ ਹੱਥਾਂ ਦੇ ਪੈਸੇ ਗਾ ਉਹਨੂੰ ਚੱਕ ਚੱਕ ਕੇ ਸਟੇਜ 'ਤੇ ਮਹਾਰਾਜ ਲਓ ਜੀ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ MTV ਦੇਖਣ ਵਾਲੇ ਸਾਰੇ ਸੰਗਤ ਨੂੰ ਮਿਲਣ ਜਾਇਆ ਕਰਦੇ ਆ ਬਹੁਤ ਵਧੀਆ ਜੀ ਤੁਸੀਂ ਗੱਲ ਪੁੱਛੀ ਆ ਜਿਹੜਾ ਸੋਨਾ ਆ ਤਾਂ ਸੋਨਾ ਤਾਂ ਕੋਈ ਛੱਡਦਾ ਨਹੀਂ ਚਾਹੇ ਕੋਈ ਮਰਦਾ ਵੀ ਹੋਵੇ ਉਹ ਸੋਨਾ ਨਹੀਂ ਛੱਡਦਾ ਲੇਕਿਨ ਮਹਾਂਪੁਰਸ਼ਾਂ ਦੀ ਇਹ ਇੱਕ ਐਡੀ ਵੱਡੀ ਦੇਣ ਆ ਕਿ ਸਾਰਿਆਂ ਦੇ ਇੰਨੀ ਮਨਸਮੱਤਿਆ ਪੈ ਗਈ ਮਨ ਦੇ ਵਿੱਚ ਵੀ ਉਹਨਾਂ ਨੇ ਸੋਨਾ ਕੀ ਸਾਰਾ ਜੋ ਵੀ ਉਹਨਾਂ ਕੋਲ ਪੈਸਾ ਧੇਲਾ ਸੀ ਉਸ ਟਾਈਮ ਉਹਨੇ ਉਸ ਮੰਦਰ ਲਈ ਸਾਰਾ ਕੁਛ ਦੇ ਤਾ ਕਿਉਂਕਿ ਮਹਾਂਪੁਰਸ਼ਾਂ ਦੇ ਬਚਨੀ ਇੰਨੇ ਅੰਦਰ ਤੱਕਰ ਛੂਹਣ ਵਾਲੀ ਗੱਲ ਸੀਗੀ ਅਤੇ ਉਹ ਜਿਹੜਾ ਇਸ ਲਈ ਕਿਸੇ ਨੇ ਵੀ ਆਪਣਾ ਨਹੀਂ ਸੋਚਿਆ ਵੀ ਇਹ ਸਾਡੀਆਂ ਵੰਗਾਂ ਆ ਜਾਂ ਕਿਸੇ ਨੇ ਸੋਚਿਆ ਨਹੀਂ ਸਾਡੀ ਮੁੰਦੀ ਆ ਕਿਸੇ ਨੇ ਇਹ ਨਹੀਂ ਸੋਚਿਆ ਵੀ ਮੈਨੂੰ ਕਿਸੇ ਸ਼ਗਨ 'ਚ ਪਈ ਆ ਜਾਂ ਕਿਸੇ ਨੇ ਮੈਨੂੰ ਪਿਆਰ ਨਾ ਅਤੇ ਕੋਈ ਇੱਦਾਂ ਦੀ ਕੋਈ ਗੱਲਬਾਤ ਹੀ ਨਹੀਂ ਹੋਈ ਕਿਲੋ ਵੀ ਕਈਆਂ ਨੇ ਸੋਨਾ ਦਿੱਤਾ ਹਾਂਜੀ ਉਹੀ ਗੱਲ ਆ ਵੀ ਕਿਸੇ ਨੇ ਸੋਚਿਆ ਹੀ ਨਹੀਂ ਸੀ ਵੀ ਇਹ ਸਾਡੀ ਲਈ ਕਿਲੋ ਕਈਆਂ ਨੇ ਰੱਖਿਆ ਹੁੰਦਾ ਜੀ ਇਹ ਸਾਡੇ ਬੱਚਿਆਂ ਲਈ ਆ ਅਸੀਂ ਵਿਆਹ ਲਈ ਰੱਖਣਾ ਆ ਉਹ ਸਾਰਾ ਕੁਛ ਉੱਥੇ ਖਤਮ ਕਰਤਾ ਜੀ ਉਹਨਾਂ ਦੇ ਪ੍ਰਵਚਨ ਹੀ ਇੱਡੇ ਵਧੀਆ ਹੋਏ ਉਹਨਾਂ ਦੀ ਗੱਲਬਾਤ ਇੰਨੀ ਸੋਹਣੀ ਸੀਗੀ ਕਿ ਉਹਨਾਂ ਨੇ ਜੋ ਵੀ ਸੀਗਾ ਸਾਰਾ ਆਪਣਾ ਮਹਾਂਪੁਰਸ਼ਾਂ ਦੇ ਅੱਗੇ ਢੇਰੀ ਕਰ ਦਿੱਤਾ ਬਹੁਤ ਸਾਨੂੰ ਵਧੀਆ ਲੱਗਿਆ ਇਹ ਗੱਲ ਦਾ ਵੀ ਸਾਰੀਆਂ ਸੰਗਤਾਂ ਜਿਹੜੀਆਂ ਰਵਿਦਾਸਿਆ ਕੌਮ ਨੇ ਵੀ ਆਪਣਾ ਸੋਨੇ ਦਾ ਮੰਦਰ ਬਣਾਇਆ ਅਸੀਂ ਬਹੁਤ ਸੁਣਦੇ ਸੀ ਅਸੀਂ ਕਈ ਵਾਰੀ ਕਈ ਮੰਦਰਾਂ ਵਿੱਚ ਜਾਂਦੇ ਰਹੇ ਜਲੰਧਰ ਵਿੱਚ ਵੀ ਸਾਡੇ ਇੱਕ ਮੰਦਰ ਹੈਗਾ ਨਾ ਤਾਂ ਨਹੀਂ ਲੈਣਾ ਚਾਹੀਦਾ ਵੀ ਉਹ ਵੀ ਅਸੀਂ ਸੋਨੇ ਦਾ ਬਣਿਆ ਦੇਖ ਕੇ ਸੋਚਦੇ ਹੁੰਦੇ ਸੀ ਵੀ ਇੰਨਾ ਸੋਨਾ ਕਿੱਥੋਂ ਆਉਂਦਾ ਆ ਅਤੇ ਜਦੋਂ ਸਾਡੇ ਮਹਾਂਪੁਰਸ਼ਾਂ ਨੇ ਸਾਨੂੰ ਦਿਖਾ ਲਿਆ ਵੀ ਆਹ ਜਿਹੜਾ ਸੋਨਾ ਆ ਵੀ ਇੱਦਾਂ ਆਉਂਦਾ ਆ ਅਤੇ ਸੰਗਤਾਂ ਨੇ ਸਾਰਾ ਜੀ ਆਪਣਾ ਬਹੁਤ ਸ਼ਰਧਾ ਨਾਲ ਸੋਨਾ ਦਿੱਤਾ ਅਤੇ ਅੱਜ ਸਾਡੇ ਵੀ ਅਸੀਂ ਵੀ ਕਹਿਣ ਵਾਲੇ ਸਾਡੇ ਮਹਾਂਪੁਰਸ਼ਾਂ ਦਾ ਜਿਹੜਾ ਮੰਦਰ ਆ ਉਹ ਸੋਨੇ ਦਾ ਬਣਿਆ ਉਹ ਜਿਹੜਾ ਮੰਦਰ ਆ ਉਹਦੇ ਵਿੱਚ ਸਾਡੇ ਰਵਿਦਾਸੀਆ ਕੌਮ ਦੀ ਸ਼ੋਭਾ ਆ ਹਾਂਜੀ ਕਿਉਂਕਿ ਉਹ ਸਾਡੇ ਸੰਤ ਸੀਗੇ ਔਰ ਉਹਨਾਂ ਨੇ ਸਾਰੀ ਜ਼ਿੰਦਗੀ ਸਾਧ ਸੰਗਤ ਜੀ ਸਾਡੀ ਰਵਿਦਾਸੀਆ ਕੌਮ ਦੀ ਸੇਵਾ ਤੇ ਲਾਈ ਆ ਔਰ ਅਖੀਰ ਨੂੰ ਫਿਰ ਜਾਂਦੇ ਜਾਂਦੇ ਉਹ ਜਾਨ ਵੀ ਸਾਡੀ ਕੌਮ ਲਈ ਦੇ ਗਏ ਔਰ ਸਾਡੇ ਗੁਰੂ ਘਰ ਦੇ ਵਿੱਚ ਬਾਹਰ ਨਹੀਂ ਕਿਤੇ ਔਰ ਉਹਨਾਂ ਦੀ ਜਾਨ ਵੀ ਜਿਹੜੀ ਆ ਗਈ ਆ ਜਾਨ ਗਈ ਨਹੀਂ ਅੱਜ ਵੀ ਅਸੀਂ ਜੇ ਉਹਨਾਂ ਨੂੰ ਚੇਤੇ ਰੱਖਦੇ ਹਾਂ ਸਾਰੀ ਕੌਮ ਦੇਖੋ ਉਹਨਾਂ ਦੇ ਸ਼ਹੀਦੀ ਦਿਵਸ ਉਹਨਾਂ ਦੇ ਮਨਾਏ ਸਾਰੇ ਸ਼ਰਧਾ ਦੇ ਨਾਲ ਹੀ ਆ ਜੀ ਇਹਦਾ ਮਤਲਬ ਉਹ ਸਾਡੇ ਵਿੱਚ ਹੀ ਆ ਕਿਉਂਕਿ ਅਸੀਂ ਤਾਂ ਜੀ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਇਹ ਨਾ ਸੋਚੋ ਵੀ ਉਹ ਕਿਸੇ ਵੀ ਤਰ੍ਹਾਂ ਦੇ ਕੋਈ ਪ੍ਰੋਗਰਾਮ ਚੱਲਦੇ ਆ ਜਾਂ ਕੋਈ ਪ੍ਰੋਗਰਾਮ ਕਰਦੇ ਆ ਵੀ ਇਹ ਕੋਈ ਪਰਸਨਲ ਬੰਦਾ ਕਰਾ ਰਿਹਾ ਜਿਹੜੇ ਮਹਾਂਪੁਰਸ਼ਾਂ ਦੇ ਪ੍ਰੋਗਰਾਮ ਆ ਉਹਨਾਂ ਵਿੱਚ ਸਾਰਿਆਂ ਨੂੰ ਹੀ ਪਹੁੰਚਣਾ ਵੀ ਚਾਹੀਦਾ ਆ ਇਹ ਜਿੱਦਾਂ ਹੁਣ ਸੰਤ ਰਾਮਾਨੰਦ ਦੀ ਬਰਸੀ ਮਨਾਈ ਆ ਜਾਂਦੀ ਆ ਜਾਂ ਕੋਈ ਵੀ ਪ੍ਰੋਗਰਾਮ ਕੀਤਾ ਜਾਂਦਾ ਉਹਨਾਂ ਨੂੰ ਸਾਰਿਆਂ ਨੂੰ ਛੋਟੀ ਬ੍ਰੇਕ ਆ ਬ੍ਰੇਕ ਤੋਂ ਬਾਅਦ ਤੁਹਾਡੇ ਸਾਧ ਸੰਗਤ ਜੀ ਬ੍ਰੇਕ ਜੀ ਬ੍ਰੇਕ ਤੋਂ ਬਾਅਦ ਆਪ ਜੀ ਦਾ ਗੁਰੂ ਰਵਿਦਾਸ ਗੁਰੂ ਪ੍ਰੋਗਰਾਮ ਦੇ ਵਿੱਚ ਫਿਰ ਸਵਾਗਤ ਹੈ ਔਰ ਗੱਲਾਂ ਬਾਤਾਂ ਚੱਲ ਰਹੀਆਂ ਸਾਡੇ ਅਮਰਜੀਤ ਜੀ ਸਾਡੇ ਅੰਕਲ ਕਿਸੇ ਬਿਰਦੀ ਜੀ ਅੰਕਲ ਜੀ ਇੰਦਰਜੀਤ ਸੋਨੀ ਸਾਹਿਬ ਜੀ ਔਰ ਆਪਾਂ ਗੱਲ ਨੂੰ ਅੱਗੇ ਵਧਾਈਏ ਪਹਿਲਾਂ ਆਪ ਜੀ ਨੂੰ ਜਿਸ ਤਰ੍ਹਾਂ ਪਹਿਲਾਂ ਮੈਂਸ਼ਨ ਕੀਤਾ ਹੈ ਕਿ
ਸ਼੍ਰੀ ਗੁਰੂ ਰਵਿਦਾਸ ਸੁਪਰੀਮ ਕੌਂਸਲ ਯੂਕੇ, ਸ਼੍ਰੀ ਅਕਸਵਾਰ ਸੰਸਦ ਸਭਾ ਸਾਊਥਾ, ਗੁਰੂ ਰਵਿਦਾਸ ਗੁਰੂ ਪ੍ਰੋਗਰਾਮ ਦੇ ਜਿਹੜੇ ਨੁਮਾਇੰਦੇ ਹਨ, ਇਹਨਾਂ ਵੱਲੋਂ ਰਲ ਕੇ ਪ੍ਰੋਗਰਾਮ ਜਿਹੜਾ 9 ਤਰੀਕ ਨੂੰ ਸ਼ਾਮ ਨੂੰ 5 ਤੋਂ ਲੈ ਕੇ 9 ਵਜੇ ਦੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਸ਼੍ਰੀ ਗੁਰੂ ਰਵਿਦਾਸ ਭਵਨ ਅੰਮ੍ਰਿਤ ਬਾਣੀ ਦੇ ਪ੍ਰਕਾਸ਼ ਦਿਵਸ ਮਨਾਏ ਜਾ ਰਹੇ ਆ, ਔਰ ਜਿਸ ਦੇ ਵਿੱਚ ਡੇਰਾ ਸਸਕਨ ਬੱਲਾਂ ਦੇ ਮਹਾਂਪੁਰਸ਼ ਵਿਸ਼ੇਸ਼ ਤੌਰ 'ਤੇ ਉੱਥੇ ਪਹੁੰਚ ਰਹੇ ਆ। ਔਰ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਧਰ ਨੂੰ ਆਪਣੇ ਪਰਿਵਾਰਾਂ ਸਮੇਤ, ਰਿਸ਼ਤੇਦਾਰਾਂ ਸਮੇਤ ਹਾਲ ਵਿੱਚ ਆਉਣ ਦੀ ਕਿਰਪਾਲਤਾ ਕਰਨੀ ਜੀ। ਔਰ ਹਾਲ ਦਾ ਐਡਰੈਸ ਹੈ SSP ਸਾਊਥ ਹਾਲ ਕਮਿਊਨਿਟੀ, ਡਰੇਲ ਹਾਲ, ਫੈਦਰ ਸਟੋਨ ਰੋਡ, ਸਾਊਥ ਹਾਲ, UB2 5AQ। ਔਰ ਨਾਲ ਹੀ, ਕਿਉਂਕਿ ਬਹੁਤ ਸਾਰੀਆਂ ਸੰਗਤਾਂ ਦੇ ਸਾਡੇ ਕੋਲ ਟੈਲੀਫੋਨ ਐਡਰੈਸ ਆਏ ਆ, ਉਹ ਆਪਣੇ ਘਰਾਂ ਦੇ ਵਿੱਚ ਮਹਾਂਪੁਰਸ਼ਾਂ ਦੇ ਚਰਨ ਪਾਉਣਾ ਚਾਹੁੰਦੀਆਂ ਹਨ। ਅਗਰ ਕਿਸੇ ਨੇ ਵੀ ਮਹਾਂਪੁਰਸ਼ਾਂ ਨੂੰ ਘਰਾਂ ਦੇ ਵਿੱਚ ਆਪਣੇ ਚਰਨ ਪਾਉਣੇ ਹੋਣ, ਤਾਂ ਸੰਗਤਾਂ ਦੇ ਨਾਲ ਤੁਸੀਂ, ਦਾਸਾਂ ਦੇ ਟੈਲੀਫੋਨ ਨੰਬਰ ਹਨ, ਤੁਸੀਂ ਉਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰ ਲਿਓ, ਤਾਂ ਕਿ ਅਸੀਂ ਸਾਰੀਆਂ ਸੰਗਤਾਂ ਦੇ ਘਰਾਂ ਦੇ ਵਿੱਚ ਉਹਨਾਂ ਨੂੰ ਟਾਈਮ ਸਿਰ ਉਹਨਾਂ ਦੇ ਚਰਨ ਪਾ ਸਕੀਏ। ਤਾਂ ਨੰਬਰ ਹਨ 07 9 5 8 4 9 6 6 2 1। ਅਗਲਾ ਨੰਬਰ ਹੈ 07 5 3 6 7 8 3 5 5 1। ਅਗਲਾ ਨੰਬਰ ਹੈ 07 4 5 0 3 6 2 5 1। ਔਰ ਕਿਸੇ ਤਰ੍ਹਾਂ ਵੀ ਤੁਸੀਂ ਪ੍ਰੋਗਰਾਮ ਦੇ ਮੁਤਾਲਕ ਜਾਣਕਾਰੀ ਲੈਣੀ ਹੋਵੇ, ਤਾਂ ਤੁਸੀਂ ਇਹਨਾਂ ਨੰਬਰਾਂ 'ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਤਾਂ ਆਓ ਆਪਾਂ ਹੁਣ ਗੱਲ ਨੂੰ ਅੱਗੇ ਵਧਾਈਏ। ਸਾਡੇ ਨਾਲ ਸਾਡੇ ਵੀਰ ਤਨੀ ਪਵਾਰ ਜੀ ਬੈਠੇ ਹਨ, ਔਰ ਤੁਹਾਨੂੰ ਵੀ ਜੈ ਗੁਰਦੇਵ ਤਨਗਦੇਵ ਜੀ, ਔਰ ਤੁਸੀਂ ਗੱਲਾਂ ਬਾਤਾਂ ਸੁਣ ਰਹੇ ਹੋ, ਵਿਚਾਰ ਜਿਹੜੇ ਹਨ ਦੇ ਰਹੇ ਹਨ। ਅਤੇ ਤੁਸੀਂ, ਤੁਹਾਡਾ ਪਿੰਡ ਵੀ ਉੱਥੇ ਲਾਗੇ ਨਜ਼ਦੀਕ ਹੀ ਹੈ ਡੇਰੇ ਦੇ, ਜੋ ਤੁਸੀਂ ਡੇਰੇ ਵਿੱਚ ਜਾਂਦੇ ਸੀਗੇ, ਤੁਹਾਨੂੰ ਉੱਥੇ ਦਾ ਕਿਸ ਤਰ੍ਹਾਂ ਦਾ ਮਾਹੌਲ, ਜਾਂ ਤੁਹਾਡੀ ਡੇਰੇ ਨਾਲ ਜਿਹੜੀ ਇੰਨਾ ਲਗਾਓ ਬਣਿਆ, ਉਹ ਕਿਸ ਤਰ੍ਹਾਂ ਨਾਲ, ਕਿਸ ਤਰ੍ਹਾਂ ਬਣਿਆ? ਪਰਮ ਸਤਿਕਾਰਯੋਗ ਗੁਰੂ ਪਿਆਰੇ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਸਾਰੀ ਸਮੂਹ ਸੰਗਤ ਨੂੰ ਜੈ ਗੁਰਦੇਵ, ਜੈ ਗੁਰਦਾਸ ਗੁਰੂ ਪ੍ਰੋਗਰਾਮ ਦੇਖਦੀ ਸੰਗਤ ਨੂੰ ਜੈ ਗੁਰਦੇਵ ਜੀ। ਔਰ ਨਾਲ ਦੇ ਨਾਲ ਹੀ ਮਨਜੀਤ ਰਾਜ ਜੀ, ਤੁਸੀਂ ਸਵਾਲ ਕੀਤਾ ਕਿ ਜਿਵੇਂ ਕਿ ਸਾਡਾ ਪਿੰਡ ਉੱਥੇ ਨਜ਼ਦੀਕ ਜੱਤੇ ਵਾਲੀ ਪਿੰਡ ਦੇ ਨਜ਼ਦੀਕ ਹੀ ਹੈ, ਤੇ ਅਸੀਂ ਤਕਰੀਬਨ ਵੀਕ ਦੇ ਵਿੱਚ, ਹਰ ਵੀਕ ਵੀਕਐਂਡ ਤੇ ਅਸੀਂ ਤਕਰੀਬਨ ਉੱਥੇ ਬੱਲੀ ਡੇਰੇ ਜ਼ਰੂਰ ਜਾਈਦਾ ਸੀਗਾ। ਕੋਈ ਦਿਨ ਹੁੰਦਾ ਸੀ ਇੱਦਾਂ ਦਾ ਵੀ ਜਿੱਦਣ ਵੀਕਐਂਡ ਦੇ ਨਾਲ, ਲੇਕਿਨ ਤਕਰੀਬਨ ਅਸੀਂ ਜਾਂਦੇ ਰਹੀਦਾ ਸੀਗਾ। ਔਰ ਜੋ ਉੱਥੇ ਬੱਲਾਂ ਡੇਰੇ ਦਾ ਮਾਹੌਲ, ਹਾਂਜੀ, ਜੋ ਕਿ ਜਿਵੇਂ ਕਿ ਸੰਤ, ਅਸੀਂ ਕਿਉਂਕਿ ਵੱਡੇ ਸੰਤਾਂ ਨੂੰ ਅਸੀਂ ਨਹੀਂ ਦੇਖ ਪਾਏ, ਤੇ ਸੰਤ ਰਾਮਾਨੰਦ ਮਹਾਰਾਜ ਨੂੰ ਅਸੀਂ ਦਰਸ਼ਨ ਕਰਨ ਦੇ ਬਹੁਤ, ਸੰਤ ਨਰਿੰਦਰ ਦਾਸ ਮਹਾਰਾਜ, ਉਹ ਡੇਰੇ ਦੇ ਵਿੱਚ ਜਿਹੜੇ ਕੰਪੀਟੀਸ਼ਨ, ਜਿੱਦਾਂ ਕੰਪੀਟੀਸ਼ਨ ਦੇ ਤਰੀਕੇ ਦੇ ਤਰ੍ਹਾਂ ਕੰਮ ਹੁੰਦੇ ਸੀਗੇ, ਜਿੱਦਾਂ ਕਿ ਮੇਰੇ ਨਾਲ ਦੇ ਫਰੈਂਡ ਸੀਗੇ, ਉਹ ਮੇਰਾ ਫਰੈਂਡ ਜਿੱਦਾਂ ਮੋਟਰਸਾਈਕਲ 'ਤੇ ਉਹਨੂੰ ਬੁਲਟ ਲਿਆ ਸੀਗਾ, ਉਹਨੇ ਹਰ ਦਾ ਨਿਸ਼ਾਨ ਲਵਾਇਆ ਸੀਗਾ, ਤੇ ਸੰਤ ਰਾਮਾਨੰਦ ਮਹਾਰਾਜ ਨੇ ਉਹਨੂੰ ਸਪੈਸ਼ਲ ਤੌਰ 'ਤੇ ਸਟੇਜ 'ਤੇ ਸੱਦ ਕੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਕਹਿੰਦਾ ਮਤਲਬ ਵੀ ਅਗਲੇ 'ਚ ਪ੍ਰਾਊਡ ਆਵੇ ਵੀ ਇਸ ਚੀਜ਼ ਦਾ, ਹੋਰ ਵੀ ਜਿਹੜੇ ਸੰਤ ਡਰਦੇ ਸੀ ਨਾ, ਹਾਂਜੀ ਜ਼ਰੂਰਤ ਪੈਦਾ ਹੋਈ, ਜਿਵੇਂ ਕਿ ਸੰਤ ਰਾਮਾਨੰਦ ਮਹਾਰਾਜ, ਫਿਰ ਲੋਕਾਂ ਨੇ ਆਪਣੀਆਂ ਗੱਡੀਆਂ ਤੇ ਵੀ ਸਫਾਰੀ ਜਾਂ ਇੱਦਾਂ ਦੀ, ਕਿਉਂਕਿ ਮੇਰਾ ਖਾਸ ਹੀ ਫਰੈਂਡ ਸੀਗਾ, ਉਹਨੂੰ ਗੋਲਡ ਮੈਡਲ ਉਹ ਤਾਂ ਖੁਸ਼ ਹੀ ਸੀਗਾ, ਤੇ ਜਾਣੀ ਕਹਿੰਦਾ ਮਤਲਬ ਇੱਦਾਂ ਦੀਆਂ ਛੋਟੀਆਂ ਛੋਟੀਆਂ ਬਰੀਕ ਬਰੀਕ ਚੀਜ਼ਾਂ, ਉਹ ਬੁੱਕ ਕੰਪੀਟੀਸ਼ਨ ਵੀ ਰਵਿਦਾਸ ਮਹਾਰਾਜ ਅਤੇ ਬਾਬਾ ਸਾਹਿਬ ਦੀਆਂ ਬੁੱਕਾਂ ਜਿੱਦਾਂ ਪੜ੍ਹਾਉਂਦੇ ਸੀਗੇ ਉੱਥੇ, ਉੱਥੇ ਮਿਲਦੀਆਂ ਜਦੋਂ ਤੁਸੀਂ, ਅਸੀਂ ਆਪਾਂ ਨੋਰਮਲ ਵੀ ਉੱਥੇ ਜਾਂਦੇ ਹਾਂ, ਫਿਰ ਉਹਨਾਂ ਦੇ ਉੱਤੇ ਟੈਸਟ ਲੈਂਦੇ ਸੀ, ਅੰਮ੍ਰਿਤ ਬਾਣੀ, ਆਰਤੀ, ਬੱਚਿਆਂ ਨੂੰ, ਜਾਣੀ ਇੱਦਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਹਨਾਂ ਦਾ ਫਿਊਚਰ ਦੇ ਵਿੱਚ ਜਾ ਕੇ ਬੱਚਿਆਂ ਨੂੰ ਫਾਇਦਾ ਹੁੰਦਾ। ਛੋਟੀਆਂ ਸੀਗੀਆਂ ਪਰ ਹੁਣ ਪਤਾ ਲੱਗਦਾ ਬਹੁਤ ਵੱਡੀਆਂ ਚੀਜ਼ਾਂ, ਛੋਟੀਆਂ ਛੋਟੀਆਂ ਕਹਿੰਦਾ ਮਤਲਬ ਵੀ ਛੋਟੀਆਂ ਛੋਟੀਆਂ ਚੀਜ਼ਾਂ ਬੱਚਿਆਂ ਦੇ ਲਈ, ਵੀ ਆਰਤੀ ਪੜ੍ਹਨੀ ਮਹਾਰਾਜ ਦੀ, ਜਾਂ ਉਹ ਫਿਰ ਗਾਂਹ ਫਿਊਚਰ 'ਚ ਆ ਕੇ ਉਹਨਾਂ ਦਾ ਬੈਨੀਫਿਟ ਜਿਹੜਾ ਹੁੰਦਾ, ਫਿਰ ਉਹ ਬੱਚੇ ਬੈਨੀਫਿਟ ਲੈਂਦੇ ਆ। ਜਿਵੇਂ ਹਰ ਦਾ ਨਿਸ਼ਾਨ ਸਾਡੇ ਅੰਮ੍ਰਿਤ ਬਾਣੀ ਤੋਂ, ਚਲੋ ਆਪਣੇ ਹੁਣ ਮਹਾਰਾਜ ਦਾ ਕੀਤਾ ਗਿਆ ਪ੍ਰਕਾਸ਼, ਲੇਕਿਨ ਪਹਿਲਾਂ ਜ਼ਿਆਦਾ ਜਾਣੀ ਕਹਿੰਦਾ ਮਤਲਬ ਹਰ ਦਾ ਨਿਸ਼ਾਨ ਤੇ ਸਾਡਾ ਧਰਮ ਕੀ ਸੀ ਉਹਦੇ ਬਾਰੇ ਸੰਦਾਸੀ ਆ, ਧਰਮ ਦਾ ਪਹਿਲੇ ਹੀ ਰਵਿਦਾਸੀ ਆ, ਜਾਣੀ ਕਹਿੰਦਾ ਮਤਲਬ ਸੰਤ ਰਾਮਾਨੰਦ ਮਹਾਰਾਜ ਹੁੰਦਿਆਂ ਤੇ ਇਹ ਐਲਾਨ ਹੋ ਚੁੱਕਾ ਸੀਗਾ, ਤੇ ਬਾਕੀ ਹੋਂਦ ਵਿੱਚ ਉਸ ਤੋਂ ਬਾਅਦ ਫਿਰ ਡੇਰੇ ਵੱਲੋਂ ਜਿੱਦਾਂ ਪ੍ਰਬੰਧਕ ਜਿਹੜੇ ਗਾਂ ਸੇਵਾਦਾਰ, ਜਿੱਦਾਂ ਸਿੰਧ ਦਾ ਬਾਬਾ ਜੀ, ਹੋਰ ਜਿਹੜੇ ਵੀ ਸੇਵਾਦਾਰ ਹੈ, ਉਹਨਾਂ ਨੇ ਆ ਕੇ ਸੰਪੂਰਨ ਤੌਰ 'ਤੇ ਇਹਨੂੰ
ਜਾਮਾ ਦੇਤਾ ਹਾਂਜੀ ਹਾਂਜੀ ਤੇ ਬਹੁਤ ਵਧੀਆ ਜਾਣੀ ਕਹਿੰਦਾ ਮਤਲਬ ਡੇਰੇ ਦਾ ਮਾਹੌਲ ਜਿਹੜਾ ਹੈ ਨਾ ਬਹੁਤ ਸੋਹਣਾ ਹੁੰਦਾ ਸੀਗਾ ਸੰਗਤਾਂ ਬਹੁਤ ਉਤਸ਼ਾਹ ਹੁੰਦਾ ਸੰਗਤਾਂ ਦੇ ਵਿੱਚ ਉੱਥੇ ਧੰਨੀਪੁਰ ਜੀ ਤੁਹਾਡਾ ਜੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਕਿਉਂਕਿ ਸੰਤ ਰਾਮਾਨੰਦ ਮਹਾਰਾਜ ਜੀ ਨੇ ਇੱਕ ਤਾਂ ਉਹ ਪੜ੍ਹੇ ਲਿਖੇ ਸੀਗੇ ਇੰਗਲਿਸ਼ ਵੀ ਬੋਲਦੇ ਸੀਗੇ ਔਰ ਜਦੋਂ ਇੱਥੇ ਵੀ ਆਉਂਦੇ ਸੀਗੇ ਉਦੋਂ ਉਹ ਇੰਗਲਿਸ਼ ਦੇ ਵਿੱਚ ਬੱਚਿਆਂ ਨਾਲ ਗੱਲ ਸਤਸੰਗ ਜੀ ਬੱਚਿਆਂ ਨਾਲ ਗੱਲ ਕਰਦੇ ਸੀ ਤਾਂ ਬੱਚਿਆਂ ਨੂੰ ਵਿੱਚ ਵਿਚੋਲਾ ਰੱਖਣ ਦੀ ਲੋੜ ਨਹੀਂ ਸੀ ਪੈਂਦੀ ਵੀ ਪੰਜਾਬੀ ਤਾਂ ਉਹ ਸਿੱਧੀ ਗੱਲਬਾਤ ਕਰਦੇ ਸੀ ਉਹਦੇ ਨਾਲ ਜਿਹੜੇ ਬੱਚੇ ਸੀਗੇ ਉਹ ਬੜੇ ਉਹਨਾਂ ਨੂੰ ਇਸ ਮਿਸ਼ਨ ਬਾਰੇ ਪਤਾ ਲੱਗ ਗਿਆ ਉਹ ਜਿਹੜੇ ਬੱਚੇ ਹੁਣ ਜਿਹੜੇ ਕਾਫੀ ਵੱਡੇ ਹੋ ਗਏ ਆ ਸੋ ਜਿਹੜੇ ਹੁਣ ਉਹ ਐਨ ਪੂਰੇ ਜਿਹੜੇ ਆਪਣੇ ਧਰਮ ਦੇ ਨਾਲ ਜੁੜ ਚੁੱਕੇ ਆ ਸਤਸੰਗ ਜੀ ਔਰ ਅੰਕਲ ਜੀ ਮੈਂ ਤੁਹਾਡੇ ਤੋਂ ਫਿਆਵਾਂਗਾ ਤੁਸੀਂ ਇਹ ਦੱਸੋ ਵੀ ਸੰਤ ਸਰਵਨਦਾਸ ਮਹਾਰਾਜ ਜੀ ਕਿਉਂਕਿ ਤੁਹਾਨੂੰ ਕਾਫੀ ਇਹਦੇ ਬਾਰੇ ਹਿਸਟਰੀ ਦਾ ਬਾਰੇ ਪਤਾ ਹੈ ਸੰਤ ਸਰਵਨਦਾਸ ਮਹਾਰਾਜ ਜੀ ਬਾਬਾ ਸਾਹਿਬ ਦੇ ਨਾਲ ਉਹਨਾਂ ਦਾ ਕਦੀ ਮੇਲ ਹੋਇਆ ਮੇਰਾ ਖਿਆਲ ਹੈ ਕਿ ਮੇਲ ਜ਼ਰੂਰ ਹੋਇਆ ਕਿ ਮੇਰੀ ਇੱਕ ਪ੍ਰੋਬਲਮ ਇਹ ਸੀ ਕਿ ਮੈਂ 1950 ਤੋਂ ਜਿਹੜੀ ਮੇਰੀ ਫਿਰ ਪੋਸਟਿੰਗ ਬਾਹਰ ਹੋ ਗਈ ਮੈਂ ਬਾਹਰ ਹੀ ਰਿਹਾ ਕਿ ਮੈਂ ਮੇਰੀ ਰਿਟਾਇਰਮੈਂਟ ਵੀ ਇੱਥੇ ਬਾਹਰ ਹੀ ਹੋਈ ਆ ਕਿਉਂਕਿ ਮੇਰਾ ਫਿਰ ਜ਼ਿਆਦਾ ਇੰਡੀਆ ਦੇ ਨਾਲ ਕਨੈਕਟ ਲੇਕਿਨ ਜਿਸ ਜਿੰਨੇ ਉਹ ਬਾਬਾ ਸਾਹਿਬ ਦੀ ਗੱਲਬਾਤ ਬਾਬਾ ਸਾਹਿਬ ਦੇ ਕੰਮ ਬਾਬਾ ਸਾਹਿਬ ਦੀਆਂ ਇੰਸਟਰਕਸ਼ਨਾਂ ਨਾਲ ਪ੍ਰਭਾਵਿਤ ਸੀਗੇ ਔਰ ਸਾਨੂੰ ਉਹ ਕਮਿਊਨਿਟੀ ਨੂੰ ਗਾਈਡ ਕਰਦੇ ਸੀ ਵੀ ਬਾਬਾ ਸਾਹਿਬ ਆਹ ਕਹਿੰਦੇ ਆ ਤੁਹਾਨੂੰ ਇਹ ਕਰਨਾ ਚਾਹੀਦਾ ਉੱਥੋਂ ਇਹ ਪਤਾ ਲੱਗਦਾ ਕਿ ਡਾਕਟਰ ਸਾਹਿਬ ਨੂੰ ਉਹ ਜ਼ਰੂਰ ਮਿਲੇ ਆ ਅਤੇ ਡਾਕਟਰ ਸਾਹਿਬ ਨੂੰ ਉਹ ਇੰਨਾ ਮਾਣ ਦਿੰਦੇ ਸੀ ਕਿ ਤੁਸੀਂ ਮਤਲਬ ਬਹੁਤ ਜ਼ਿਆਦਾ ਅਤੇ ਇਸ ਕਰਕੇ ਡਾਕਟਰ ਸਾਹਿਬ ਦੀ ਥਿਊਰੀ ਨੂੰ ਉਹ ਮਤਲਬ ਚਾਹੁੰਦੇ ਸੀ ਕਿ ਪਬਲਿਕ ਦੇ ਵਿੱਚ ਇਹਨੂੰ ਲਾਗੂ ਕੀਤਾ ਜਾਵੇ ਜਦੋਂ ਡਾਕਟਰ ਸਾਹਿਬ ਕਹਿੰਦੇ ਆ ਮਤਲਬ ਉਹ ਲੋਕਾਂ ਨੂੰ ਉਹ ਪਹੁੰਚਾਉਣ ਲੋਕਾਂ ਨੂੰ ਕਹਿੰਦੇ ਸੀ ਡਾਕਟਰ ਸਾਹਿਬ ਆਹ ਕਹਿੰਦੇ ਆ ਵੀ ਪੜ੍ਹੋ ਪੜ੍ਹ ਕੇ ਇਕੱਠੇ ਹੋ ਕੇ ਸੰਘਰਸ਼ ਕਰੋ ਯਾਨੀ ਇਹ ਵਾਕਿਆ ਹੀ ਉਹਨਾਂ ਦੀ ਜਿਹੜੀ ਕੋਸ਼ਿਸ਼ ਹੁੰਦੀ ਸੀ ਕਿ ਉਹ ਇਹ ਕਹਿਣ ਦਾ ਮਤਲਬ ਕਿ ਐਜੂਕੇਸ਼ਨ ਔਰ ਇਕੱਠੇ ਹੋਣ ਵਾਸਤੇ ਬਹੁਤ ਪ੍ਰਭਾਵ ਕਰਦੇ ਸੀਗੇ ਉਹਦਾ ਹੀ ਪ੍ਰਭਾਵ ਜਿਹੜਾ ਹੈ ਉਹ ਸਾਡੇ ਅੱਜ ਕੱਲ੍ਹ ਅਸੀਂ ਹੁਣ ਜਿਹੜਾ ਹਰੇਕ ਕਮਿਊਨਿਟੀ ਦੇ ਬਰਾਬਰ ਹਾਂ ਜਿਹੜੇ ਅਸੀਂ ਬਾਹਰ ਆ ਗਏ ਹਾਂ ਅਤੇ ਸਾਡੇ ਉਹਨਾਂ ਦੂਸਰੀਆਂ ਕਮਿਊਨਿਟੀ 'ਚ ਕੋਈ ਫਰਕ ਨਹੀਂ ਹੈ ਲੇਕਿਨ ਇੰਡੀਆ ਦੇ ਵਿੱਚ ਡਿਸਕ੍ਰੀਮੀਨੇਸ਼ਨ ਇਹ ਅਜੇ ਵੀ ਹੈ ਭਾਵਾਂ ਸਾਡੀਆਂ ਗੌਰਮੈਂਟਾਂ ਕਿੰਨਾ ਵੀ ਆਪਣੇ ਆਪ ਨੂੰ ਕਹੇ ਕਿ ਇਹ ਆ ਵਾ ਲੇਕਿਨ ਸਟਿਲ ਮਤਲਬ ਅਸੀਂ ਫੀਲ ਕਰਦੇ ਹਾਂ ਕਿ ਅਸੀਂ ਸਾਡੇ ਵਾਸਤੇ ਉਹ ਜਿਹੜੀਆਂ ਚੀਜ਼ਾਂ ਡਾਕਟਰ ਸਾਹਿਬ ਕਹਿ ਗਏ ਆ ਜਾਂ ਡਾਕਟਰ ਸਾਹਿਬ ਨੇ ਕੰਸਟੀਟਿਊਸ਼ਨ 'ਚ ਲਿਖੀਆਂ ਉਹ ਅਜੇ ਵੀ ਇੰਪਲੀਮੈਂਟ ਨਹੀਂ ਹੋ ਰਹੀਆਂ ਮੈਂ ਸਰਵਿਸ 'ਚੋਂ ਨਿਕਲ ਕੇ ਆਇਆ ਮੈਨੂੰ ਪਤਾ ਅਸੀਂ ਪਬਲਿਕ ਨਾਲ ਸਾਡੀ ਡੀਲਿੰਗ ਸੀ ਅਸੀਂ ਪਬਲਿਕ ਨਾਲ ਹਰੇਕ ਚੀਜ਼ ਜਿਹੜੀ ਆ ਉਹ ਗਾਈਡ ਕਰਦੇ ਸੀ ਲੇਕਿਨ ਅਸੀਂ ਵੀ ਇਹ ਫੀਲ ਕਰਦੇ ਸੀ ਕਿ ਜਿਹੜੀ ਗੌਰਮੈਂਟ ਆਫ ਇੰਡੀਆ ਨੂੰ ਇੰਸਟਰਕਸ਼ਨ ਅੰਡਰ ਕੰਸਟੀਟਿਊਸ਼ਨ ਹੈ ਉਹ ਸਾਨੂੰ ਅਜੇ ਵੀ ਪ੍ਰੋਵਾਈਡ ਨਹੀਂ ਹੋ ਰਹੀਆਂ ਅਤੇ ਇਸ ਕਰਕੇ ਡਾਕਟਰ ਸਾਹਿਬ ਦੇ ਉਹ ਬਹੁਤ ਪੈਰੋਕਾਰ ਸੀ ਡਾਕਟਰ ਸਾਹਿਬ ਦੇ ਬਹੁਤ ਮੰਨਣ ਵਾਲੇ ਬੰਦੇ ਸੀਗੇ ਮਹਾਂਪੁਰਸ਼ ਸੀਗੇ ਉਹਨਾਂ ਨੇ ਆਪਣੀ ਦ੍ਰਿਸ਼ਟੀ ਇਹ ਸੀ ਤਾਂ ਜੋ ਚੀਜ਼ ਕਹਿੰਦੇ ਸੀ ਉਹ ਸੱਚ ਹੁੰਦਾ ਸੀਗਾ ਉਹ ਤਾਂ ਜਿੱਦਾਂ ਅਸੀਂ ਇਸ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰ ਸਕੇ ਉਹ ਜਿੱਦਾਂ ਨਸਰ ਫਤਿਹ ਅਲੀ ਖਾਂ ਕਹਿੰਦਾ ਕਿ ਜੇ ਤੂੰ ਰੱਬ ਨਹੀਂ ਤਾਂ ਰੱਬ ਕਿਹਨੂੰ ਕਹਿੰਦੇ ਮੇਰਾ ਇਹ ਭੁਲੇਖਾ ਕੱਢ ਦੇ ਉਹ ਸਾਨੂੰ ਇਹ ਭੁਲੇਖਾ ਸੀ ਕਿ ਇਹ ਰੱਬ ਹੀ ਹੈ ਵੀ ਸਾਨੂੰ ਮਤਲਬ ਪਤਾ ਨਹੀਂ ਸੀ ਲੱਗ ਰਿਹਾ ਵੀ ਅਸੀਂ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਦੱਸੋ ਰੱਬ 'ਚ ਤੁਹਾਡੇ 'ਚ ਕੀ ਫਰਕ ਹੈ ਤੋ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਦੀ ਬੰਦਗੀ ਜਾਂ ਅਸੀਂ ਬਚਪਨ ਦੀ ਲਾਈਫ ਦੇ ਵਿੱਚ ਜਿਹੜਾ ਉਹਨਾਂ ਨੇ ਸੰਗਤ ਕੀਤੀ ਆ ਜਿਹੜਾ ਅਸੀਂ ਪ੍ਰਭਾਵ ਉਹਨਾਂ ਦਾ ਦੇਖਿਆ ਜਿਹੜਾ ਉਹਨਾਂ ਨੇ ਬੰਦਗੀ ਦੇ ਬਾਰੇ ਕੋਈ ਸਾਨੂੰ ਸਿੱਖਿਆ ਦਿੱਤੀ ਆ ਸਾਨੂੰ ਕਿਹਾ ਉਹਦੇ ਮੁਤਾਬਕ ਅਸੀਂ ਇਹ ਲੈਂਦੇ ਹਾਂ ਕਿ ਉਹ ਪਰਮਾਤਮਾ ਰੂਪ ਸੀਗੇ ਔਰ ਉਹਨਾਂ ਨੇ ਸਾਡੀ ਕਮਿਊਨਿਟੀ ਨੂੰ ਐਜ਼ ਏ ਪਰਮਾਤਮਾ ਗਾਈਡ ਕੀਤਾ ਔਰ ਅਸੀਂ ਉਹਨਾਂ ਦੀਆਂ ਗਾਈਡਾਂ ਨੂੰ ਹਮੇਸ਼ਾ ਮੰਨਾਂਗੇ ਔਰ ਜਿਹੜੀ ਅੰਮ੍ਰਿਤ ਬਾਣੀ ਦਾ ਪ੍ਰਚਾਰ ਉਹਨਾਂ ਨੇ ਸਾਡੇ ਵਾਸਤੇ ਕੀਤਾ ਇਹ ਸਾਡੇ ਵਾਸਤੇ ਇੱਕ ਬੜੀ ਸੇਧ ਹੈ ਔਰ ਸਾਡੀ ਕਮਿਊਨਿਟੀ ਨੂੰ ਜਿਸ ਤਰ੍ਹਾਂ ਕਿ ਸਿੱਖਇਜ਼ਮ ਦੇ ਵਿੱਚ ਸਾਡੀਆਂ ਕਿੰਨੀਆਂ ਕੁਰਬਾਨੀਆਂ ਲੇਕਿਨ ਉਹ ਨਹੀਂ ਦੱਸ ਰਿਹਾ ਹੁਣੇ ਹੁਣੇ ਪੰਜਾਬ ਗੌਰਮੈਂਟ ਨੇ ਕਿਹਾ ਕਿ ਮਾਈ ਭਾਗੋ ਸੀ ਲੇਕਿਨ ਉਹਦਾ ਇਹ ਨਹੀਂ ਦੱਸਿਆ ਕਿ ਮਾਈ ਭਾਗੋ ਕੌਣ ਸੀ ਫਿਰ ਇਹਨਾਂ ਦਾ ਦੂਸਰਾ ਜਿਹੜੇ ਕੱਲ੍ਹ ਜਿਹਨਾਂ ਦਾ ਕੀਤਾ ਕੀ ਉਹਨਾਂ ਦਾ ਨਾਂ ਹੈਗਾ ਕੱਲ ਪਰਸੋਂ ਹੋਇਆ ਨਾ ਜਿਹਨਾਂ ਦਾ ਜਨਮ ਦਿਨ ਮਨਾਉਂਦੇ ਸੀ ਜਿਹਨਾਂ ਨੇ ਗੋਲੀ ਚਲਾਈ ਸੀ ਉਹ ਜਿਹੜੇ ਬੰਦੇ ਸੀ ਜਿਹਨਾਂ ਨੇ ਗੋਲੀ ਆ ਕੇ ਜਨਰਲ ਡਾਇਰ ਨੂੰ ਮਾਰਿਆ ਜਿਹਨਾਂ ਨੇ ਉਹ ਗੋਲੀ ਊਧਮ ਸਿੰਘ ਉਹ ਵੀ ਸਾਡੀ ਕਮਿਊਨਿਟੀ ਦੇ ਬੰਦੇ ਔਰ ਮੈਂ ਹੈਰਾਨ ਹਾਂ ਕਿ ਪੰਜਾਬ ਦੇ ਵਿੱਚ ਇਹ ਗੱਲ ਕਰਨ ਨੂੰ ਤਿਆਰ ਨਹੀਂ ਲੇਕਿਨ ਬਨਾਰਸ ਦੇ ਵਿੱਚ ਯੂਪੀ ਗੌਰਮੈਂਟ ਨੇ ਉਹਨਾਂ ਦੇ ਨਾਂ 'ਤੇ ਸੜਕ ਦਾ ਨਾਂ ਰੱਖਿਆ
ਜਾਨੀ ਜਿਹੜੀ ਜਾਨੀ ਕਿਉਂਕਿ ਅਜੇ ਤੱਕ ਵੀ ਸਾਡੀ ਜਿਹੜੀ ਇਨਫੋਰਮੇਸ਼ਨ ਇੰਨਾ ਸਪਰੈਸ ਕੀਤਾ ਜਾਂਦਾ, ਕਲੀਅਰਲੀ ਨਹੀਂ ਦੱਸਿਆ ਜਾਂਦਾ। ਥੈਂਕ ਯੂ ਵੈਰੀ ਮਚ ਅੰਕਲ ਜੀ, ਜਿਹੜੀਆਂ ਕਿਉਂਕਿ ਤੁਸੀਂ ਤਾਂ ਆਪ ਇੱਕ ਹਿਸਟਰੀ ਹੋ, ਕਿਉਂਕਿ 90-95 ਸਾਲ ਦੀ ਗੱਲ ਤਾਂ ਤੁਹਾਨੂੰ ਪਤਾ, ਤੁਹਾਨੂੰ ਜਿਹੜੀਆਂ ਪੁਰਾਣੀਆਂ ਗੱਲਾਂ ਹੈਗੀਆਂ ਉਹ ਅੱਜ ਸੁਣਨ ਵਿੱਚ ਨਹੀਂ ਮਿਲਦੀਆਂ। ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਵੀ ਤੁਸੀਂ, ਅਸੀਂ ਆਸ ਕਰਦੇ ਹਾਂ ਵੀ ਤੁਸੀਂ ਅਗਲੇ ਮੂਹਰਲੇ ਪ੍ਰੋਗਰਾਮ ਦੇ ਵਿੱਚ ਵੀ ਇਸ ਤਰ੍ਹਾਂ ਆ ਕੇ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰੋ, ਕਿਉਂਕਿ ਪੁਰਾਣੀਆਂ ਜਿਹੜੀ ਹਿਸਟਰੀ ਆ ਅਸੀਂ ਬੁੱਕਾਂ ਵਿੱਚ ਪੜ੍ਹਦੇ ਹਾਂ, ਪਰ ਜਦੋਂ ਸਾਡੇ ਨਾਲ ਜਿਨ੍ਹਾਂ ਨਾਲ ਜਿਹੜੇ ਹਿਸਟਰੀ ਦੇ ਵਿੱਚ ਰਹੇ ਆ ਉਹਨਾਂ ਨਾਲ ਹੋਈਆਂ ਗੱਲਾਂ ਬਾਤਾਂ, ਜਦੋਂ ਉਹ ਵਿੱਚ ਆ ਕੇ ਬਹਿੰਦੇ ਆ ਤਾਂ ਫਿਰ ਉਹਦਾ ਜਿਹੜਾ ਸੁਣਨ ਦਾ ਜਿਹੜਾ ਨਜ਼ਾਰਾ ਕੁਛ ਹੋਰ ਹੁੰਦਾ ਹੈ। ਔਰ ਸਤਿਸੰਗ ਜੀ ਦਾਸ ਆਵੇਗਾ ਸਾਡੇ ਇੰਦਰਜੀਤ ਸੁੰਦਰ ਸਾਹਿਬ ਜੀ, ਤੁਹਾਡੇ ਕੋਲ ਮਿੰਟ ਆ, ਤੁਸੀਂ ਅਖੀਰ ਦੇ ਵਿੱਚ ਮਹਾਂਪੁਰਸ਼ ਆਏ ਆ, ਤੁਸੀਂ ਉਹਨਾਂ ਦੇ ਬਾਰੇ ਸੰਗਤ ਨੂੰ ਕੀ ਮੈਸੇਜ, ਇੱਕ ਮਿੰਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਜੀ? ਭਾਈ ਸਤਿਸੰਗ ਮੈਸੇਜ ਇਹੀ ਆ, ਅਸੀਂ ਸੰਤਾਂ ਦੇ ਇੱਥੇ ਆਉਣ ਦਾ ਨਮਸਕਾਰ ਕਰਦੇ ਹਾਂ, ਤਾਂ ਉਹਨਾਂ ਦਾ ਅਸੀਂ ਮਾਲਕ ਦੇ ਉੱਪਰ ਪ੍ਰਾਰਥਨਾ ਕਰਦੇ ਵੀ ਉਹਨਾਂ ਦਾ ਟੂਰ ਚੰਗਾ ਨਿਕਲੇ। ਜੈ ਗੁਰੂ ਤੇਗ ਢੰਗ ਦੇ ਸਤਿਸੰਗ ਜੀ। ਇਹ ਸਨ ਸਾਡੇ ਇੰਦਰਜੀਤ ਜੀ। ਸਤਿਸੰਗ ਜੀ, ਸਿਆਣੇ ਕਹਿੰਦੇ ਆ ਕਿ ਸੰਘਰਸ਼ ਤੋਂ ਬਿਨਾਂ ਮੰਜ਼ਿਲ ਨਹੀਂ ਮਿਲਦੀ, ਔਰ ਜੇ ਮੰਜ਼ਿਲ ਲੱਭਣੀ ਆ ਤਾਂ ਇਹ ਇਹਦੇ ਲਈ ਸੰਘਰਸ਼ ਕਰਨਾ ਪੈਂਦਾ। ਸਤਿਗੁਰੂ ਰਵਿਦਾਸ ਮਹਾਰਾਜ ਨੇ ਵੀ ਸਾਡੀ ਕੌਮ ਦੇ ਲਈ, ਜਾਂ ਜਿਹੜੇ ਦੱਬੇ ਕੁਤਰੇ ਲੋਕ ਸੀਗੇ ਜਿਨ੍ਹਾਂ ਨੂੰ ਜਿਹੜਾ ਇਹ ਦੁਨੀਆਂ ਦਾ ਹਾਸ਼ੀਆ ਸੀਗਾ ਉਹਦੇ 'ਚ ਰਹਿਣ ਤੋਂ ਉਹਨਾਂ ਨੇ ਪਰੇ ਚੱਕ ਦਿੱਤਾ ਸੀਗਾ, ਬਈ ਤੁਸੀਂ ਆ ਹੀ ਨਹੀਂ ਸਕਦੇ, ਤੁਸੀਂ ਇਨਸਾਨ ਕਹਾ ਹੀ ਨਹੀਂ ਸਕਦੇ ਹੈਗੇ। ਜਾਨਵਰ ਦੀ ਕਦਰ ਸੀ, ਇਨਸਾਨ ਦੀ ਕਦਰ ਨਹੀਂ ਸੀ। ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਰੀ ਜ਼ਿੰਦਗੀ ਜੋ 151 ਸਾਲ ਉਹਨਾਂ ਨੇ ਸਟਰਗਲ ਕੀਤਾ, ਬਾਬਾ ਸਾਹਿਬ ਨੇ ਬੜਾ ਲੰਮਾ ਸਟਰਗਲ ਕੀਤਾ, ਉਸ ਮਹਾਂਪੁਰਸ਼ ਜਿਹੜੇ ਸਾਡੇ ਹਨ ਇਹ ਦੇਸ਼ਾਂ ਦੇ ਵਿੱਚ ਸਾਡੀ ਕੌਮ ਦੇ ਇਹ ਨਾਲ ਲੈ ਕੇ ਕੌਮ ਨੂੰ ਚੱਲ ਰਹੇ ਆ। ਅੰਕਲ ਜੀ, ਮੈਂ ਮਾੜੀ ਜਿਹੀ ਗੱਲ ਤੁਹਾਨੂੰ ਪੁੱਛਣੀ ਆ ਕਿ 1970 ਦੇ ਵਿੱਚ ਡੇਰਾ ਸਤਿਖੰਡ ਬੱਲਾ ਵਿਖੇ ਜਦੋਂ ਇੱਕ ਪਬਲਿਕ ਕਾਨਫਰੰਸ ਸ਼ੁਰੂ ਹੋਈ ਸੀਗੀ, ਤਾਂ ਉੱਥੇ ਬਾਬੂ ਮੰਗੂ ਰਾਮ ਜੀ ਜਿਹੜੇ ਪ੍ਰਧਾਨ ਸੀਗੇ ਆਤਾਰ ਮਿਸ਼ਨ ਦੇ, ਔਰ ਉਹਨਾਂ ਦੀ ਪ੍ਰਧਾਨਗੀ ਕਿਹਾ ਸੀਗਾ ਵੀ ਜਿਹੜਾ ਮੰਦਰ ਦੀ ਉਸਾਰੀ ਦਾ ਕੰਮ ਇਹਨੂੰ ਤੇਜ਼ ਕੀਤਾ ਜਾਵੇ, ਔਰ ਉਹਨਾਂ ਨੇ ਜਿਹੜਾ ਸੀਗਾ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਪਰਮ ਸੰਤ ਸੰਤ ਸਰਮਦਾਸ ਮਹਾਰਾਜ ਜੀ, ਤੁਹਾਡੇ ਤੋਂ ਬਿਨਾਂ ਇਹ ਕੰਮ ਨੇ ਨਹੀਂ ਪਰੇ ਚੜ੍ਹਨਾ। ਤੁਹਾਨੂੰ ਤੁਸੀਂ ਕੀ ਇਹਦੇ ਬਾਰੇ ਕਹਿਣਾ ਚਾਹੋਗੇ? ਤੁਹਾਨੂੰ ਪਤਾ ਵੀ ਉਹਨਾਂ ਦੀ ਵੀ ਕਾਫੀ ਦੇਣ ਆਪਾਂ ਨੂੰ ਨਹੀਂ। ਜਿਹੜੇ ਮੰਗੂ ਰਾਮ ਜੀ ਸੀ ਉਹ ਵੀ ਇੱਕ ਦੇਸ਼ ਭਗਤ ਸੀ, ਹਾਂਜੀ, ਔਰ ਉਹਨਾਂ ਦੀ ਸਾਡੀ ਕਮਿਊਨਿਟੀ ਨੂੰ ਬਹੁਤ ਵੱਡੀ ਦੇਣ ਹੈ, ਹਾਂਜੀ। ਔਰ ਮੈਂ ਹੁਣ ਇੱਕ ਦੋ ਦਿਨ ਟੈਲੀਵਿਜ਼ਨ 'ਤੇ ਦੇਖਿਆ ਕਿ ਲੋਕ ਕਹਿ ਰਹੇ ਕਿ ਉਹਨਾਂ ਦਾ ਅਸੀਂ ਕੋਈ ਯਾਦਗਾਰ ਬਣਾਉਣੀ ਆ, ਹੁਣ ਮੈਂ ਉਹਨਾਂ ਨੂੰ ਸੁਜੈਸਟ ਕਰੂੰਗਾ ਕਿ ਉਹਨਾਂ ਦੀ ਯਾਦਗਾਰ ਜਲੰਧਰ ਬਣਾਉਣੀ ਚਾਹੀਦੀ, ਜਿੱਥੇ ਉਹਨਾਂ ਨੇ ਸਾਰੀ ਲਾਈਫ ਸਟਾਰਟ ਕੀਤੀ ਔਰ ਕੌਮ ਨੂੰ ਗਾਈਡ ਕੀਤਾ, ਔਰ ਕੌਮ ਵਾਸਤੇ ਇੰਨੇ ਉਹਨਾਂ ਨੇ ਪ੍ਰਚਾਰ ਕੀਤਾ, ਉਹਨਾਂ ਦੀ ਜਿਹੜੀ ਹੈਗੀ ਆ ਜੋ ਕੋਈ ਵੀ ਯਾਦਗਾਰ ਬਣਾਉਣੀ ਆ ਉਹ ਜਲੰਧਰ ਬਣਾਉਣੀ ਚਾਹੀਦੀ ਆ ਉਹਨਾਂ ਦੀ। ਯਾਨੀ ਸਾਡਾ ਜਿਹੜਾ ਡੇਰੇ ਦਾ ਸੰਬੰਧ ਰਿਹਾ ਬੜੇ ਮਹਾਰਾਜ ਦਾ, ਉਹਨਾਂ ਦੇ ਡੇਰੇ ਇਹਨਾਂ ਦੀ ਆਤਮ ਮੰਡਲ ਦੀ ਬਹੁਤ ਸੇਵਾ ਕੀਤੀ ਆ ਔਰ ਸਾਡੇ ਥਰੂ ਹੋਈ ਆ। ਮੈਂ ਡੇਰੇ ਨਾਲ ਉਹਨਾਂ ਦਾ ਤਾਲਮੇਲ ਕਾਫੀ ਸੀ, ਬਹੁਤ ਜ਼ਿਆਦਾ ਸੀ, ਕਿਉਂਕਿ ਮੈਂ 37 'ਚ ਜਲੰਧਰ ਪੜ੍ਹਨ ਲੱਗਾ ਅਤੇ ਸਾਡੇ ਕੋਲ ਉਹਨਾਂ ਨੇ ਘਿਓ, ਉਹਨਾਂ ਨੇ ਆਟਾ, ਉਹਨਾਂ ਨੇ ਕੋਲ ਅਸੀਂ ਸਾਈਕਲ 'ਤੇ ਰੱਖ ਕੇ ਉਹਨਾਂ ਨੂੰ ਜਾ ਕੇ ਦਿੰਦੇ ਰਹੇ ਹਾਂ, ਔਰ ਉਹਨਾਂ ਦੀ ਜੋ ਵੀ ਆਊਟ ਆਫ ਦੀ ਵੇ ਵੀ ਸੇਵਾ ਜਿਹੜੀ ਹੈ ਸਾਡੇ ਡੇਰਾ ਉਹਨਾਂ ਨਾਲ ਕਰਦਾ ਰਿਹਾ, ਔਰ ਉਹਨਾਂ ਨੇ ਉਹਨਾਂ ਦੀ ਮਤਲਬ ਬਹੁਤ ਮਾਣ ਕੀਤਾ ਉਹਨਾਂ ਦਾ। ਸਤਿਸੰਗਤ ਜੀ, ਅੰਕਲ ਰਖੀਰ ਸਿੰਘ ਬਿਰਦੀ ਸਾਹਿਬ ਨੇ ਇਹ ਗੱਲਾਂ ਤੁਹਾਨੂੰ ਆਪਾਂ ਦੱਸੀਆਂ, ਕਿਉਂਕਿ ਟਾਈਮ ਸ਼ੋਰਟ ਹੈ ਔਰ ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਸ਼ੋਅ ਦੇ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਔਰ ਅੰਕਲ ਜੀ ਤੁਹਾਡਾ ਵੀ, ਧਨੀ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਔਰ ਅਸੀਂ ਅਗਲੇ ਹਫ਼ਤੇ ਫਿਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ, ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ, ਔਰ ਜਿਹੜਾ ਸਾਊਥਾਂ ਦਾ ਪ੍ਰੋਗਰਾਮ ਹੈ ਪਲੀਜ਼ ਇਹਦੇ ਵਿੱਚ ਆਉਣਾ ਨਾ ਭੁੱਲਣਾ, ਔਰ ਸਾਰਿਆਂ ਨੇ ਆ ਕੇ ਸੰਤ ਮਹਾਂਪੁਰਸ਼ਾਂ ਦੇ ਪ੍ਰਬੰਧ ਸੁਣੇ ਹੋਣ। ਜੈ ਗੁਰਦੇਵ।